ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਹੋਂ ਦਾ ਵਿਸ਼ਾ ਬਹੁਤੀ ਚਿੰਤਾ ਵਾਲਾ ਵੀ ਹੈ ਚਿੰਤਨ ਵਾਲਾ ਵੀ ਹੈ ਉਹ ਹੈ ਬੀਇੰਗ ਐਂਡ ਬਿਕਮਿੰਗ ਸਿੱਖ ਸਿੱਖ ਹੋਣਾ ਔਰ ਸਿੱਖ ਲਗਣਾ ਇਸ ਬਾਰੇ ਅਸੀਂ ਅੱਜ ਵਿਚਾਰ ਕਰਨਾ ਹੈ ਬੀਇੰਗ ਅ ਸਿੱਖ ਐਂਡ ਬਿਕਮਿੰਗ ਅ ਸਿੱਖ। ਔਰ ਇਸਲਾਮ ਦੇ ਵਿੱਚ ਕਹਿੰਦੇ ਨੇ ਕਿ देयर ਇਜ਼ ਨੋ ਕਨਸੈਪਟ ਆਫ ਬੀਇੰਗ ਅ ਬੌਰਨ ਮੁਸਲਿਮ। ਮੈਂ ਸਿੱਖਾਂ ਬਾਈ ਚਾਂਸ। ਇੱਕ ਸਿੱਖ ਪਰਿਵਾਰ ਦੇ ਘਰ ਮੇਰਾ ਜਨਮ ਹੋਇਆ। ਮੈਂ ਸਿੱਖ ਬਣ ਗਿਆ। ਗੱਲ ਅਸੀਂ ਕਰਨੀ ਹੈ ਬਾਈ ਚੁਆਇਸ। ਬਾਈ ਚਾਂਸ ਸਿੱਖ ਐਂਡ ਬਾਈ ਚੁਆਇਸ ਸਿੱਖ ਉਹ ਕਹਿੰਦੇ ਨੇ ਇਨ ਇਸਲਾਮ देयर इज नो ਕਨਸੈਪਟ ਆਫ ਬੀਇੰਗ ਅ ਬੋਰਨ ਮੁਸਲਮ ਇਸਲਾਮ ਦੇ ਵਿੱਚ ਜਿਹੜਾ ਇੱਕ ਸੰਕਲਪ ਹੈ ਕਿ ਕਿ ਮੁਸਲਮਾਨ ਦੇ ਘਰ ਬੱਚੇ ਨੇ ਜਨਮ ਲੈ ਲਿਆ ਤੇ ਉਹ ਮੁਸਲਮ ਨਹੀਂ ਹੈ ਮੁਸਲਮ ਉਹ ਫਿਰ ਬਾਈ ਚੁਆਇਸ ਬਣਾਉਂਦੇ ਨੇ ਉਹਨਾਂ ਦੀਆਂ ਰਸਮਾਂ ਨੇ ਹਿੰਦੂਇਜ਼ਮ ਇਤ ਕਹਿੰਦੇ ਨੇ ਬ੍ਰਹਮ ਜਾਨਾਤੀ ਸੋ ਬ੍ਰਾਹਮਣ ਜੋ ਬ੍ਰਹਮ ਗਿਆਨ ਨੂੰ ਜਾਣਦਾ ਉਹੀ ਬ੍ਰਹਮ ਬ੍ਰਾਹਮਣ ਹੈ ਜਾਂ ब्राह्मण ਸੋ ਜੋ ਬ੍ਰह्म ਵਿਚਾਰੇ ਤੇ ਜੇ ਹੁਣ ਸਾਡਾ ਜਿਹੜਾ ਵਿਸ਼ਾ ਹੈ ਅਸੀਂ ਆਪਣੇ ਤੇ ਆਈਏ ਕਿ ਸਾਡਾ ਕੀ ਹਾਲ ਹੈ ਸਾਡੇ ਵਿੱਚ ਬੀਇੰਗ ਸਿਕ ਐਂਡ ਬਿਕਮਿੰਗ ਸਿਕ ਦੀ ਕੀ ਹੈ ਤਾਂ ਇੱਕ ਬੜੀ ਖੂਬਸੂਰਤ ਲਾਈਨ ਹੈ ਗੁਰਬਾਨੀ ਦੀ ਅੱਖਰ ਪੜ ਪੜ ਬੁਲੀਏ ਵੇਖੀ ਬਹੁਤ ਅਭਿਮਾਨ by by continuously reading scriptures men commits mistakes only by wearing religious dress they take great right they great pride assi ta main badi var sochda ke ek hindu ek musliman ek kisaai aur ek sikh char baithe hon ta ਸਭ ਨੂੰ ਇਹ ਪੁੱਛਣਾ ਪਏਗਾ ਇੱਕ ਸਿੱਖ ਨੂੰ ਸਵਾਦ ਛੱਡ ਕੇ ਤਿੰਨਾਂ ਨੂੰ ਕਿ ਤੁਹਾਡਾ ਕੀ ਮਜ਼ਬ ਹੈ Hindu ਨੂੰ ਪੁੱਛਣਾ ਪਏਗਾ ਕਿ ਤੂੰ ਕਿਸ ਰਿਲੀਜੀਅਨ ਨਾਲ ਜਾਂ ਕਿਸ ਮਜ਼ਬ ਨਾਲ ਸੰਬੰਧਤ ਹੈ ਉਹਨੂੰ ਹਿੰਦੂਇਜ਼ਮ ਬਾਰੇ ਥੋੜਾ ਦੱਸਣਾ ਪਏਗਾ ਇਸਲਾਮ ਨੂੰ ਪੁੱਛੀਏ ਮੁਸਲਮਾਨ ਹੈ ਤਾਂ ਉਹਨੂੰ ਥੋੜਾ ਬਹੁਤ ਕੁਰਾਨ ਬਾਰੇ ਇਸਲਾਮियत ਬਾਰੇ ਦੱਸਣਾ ਪਏਗਾ ਇਸੇ ਤਰ੍ਹਾਂ ਕ੍ਰਿਸਚੀਅਨ ਨੂੰ ਲੇਕਿਨ ਸਿੱਖ ਨੂੰ ਗੁਰੂ ਨੇ ਰੂਪ ਐਸਾ ਦੇ ਦਿੱਤਾ ਕਿ ਉਹਨੂੰ ਪੁੱਛਣ ਦੀ ਜ਼ਰੂਰਤ ਨਹੀਂ ਕਿ ਤੂੰ ਸਿੱਖ ਕਿਵੇਂ ਹੈ ਜਿੱਥੇ ਇੱਕ ਬਹੁਤ ਪੋਜ਼ਿਟਿਵ ਗੱਲ ਹੈ ਉੱਥੇ ਮੈਨੂੰ ਇੱਥੇ 네ਗੇਟਿਵ ਲੱਗਦੀ ਹੈ ਕਿ ਅਸੀਂ ਟੋਟਲ ਤੇ ਟੋਟਲ ਆਪਣੀ ਕੌਮੀ ਤੌਰ ਤੇ ਹੈ ਜਿੰਨੀ ਸਾਡੀ એનર્ਜੀ ਜਿੰਨਾ ਪੈਸਾ ਜਿੰਨਾ ਸਮਾਂ ਸਾਡਾ ਲੱਗ ਰਿਹਾ ਇਸ ਦਿਖ ਨੂੰ ਬਚਾਉਣ ਲਈ ਇੱਕ ਸੂਰਤ ਹੁੰਦੀ ਹੈ ਇੱਕ ਸਿਰਤ ਹੁੰਦੀ ਹੈ ਸੂਰਤ ਤੱਕ ਤਾਂ ਠੀਕ ਹੈ ਪਰ ਸਵੇਰ ਸਿਰਤ ਜਿਹੜਾ ਉਹ ਅੰਦਰ ਦਾ ਸਿੱਖੀ ਹੈ ਜਿਹੜਾ ਉਹ ਗਿਆਨ ਦੀ ਗੱਲ ਹੈ ਜਿਹੜੀ ਵਿਚਾਰ ਦੀ ਗੱਲ ਹੈ ਗੁਰੂ ਨਾਨਕ ਦੀ ਸਾਰੀ ਫਿਲਾਸਫੀ ਵਿਚਾਰਤ ਹੈ ਗੁਰੂ ਨਾਨਕ ਦੀ ਸਾਰੀ ਫਿਲਾਸਫੀ ਜੋ ਹੈ ਉਹ ਗਿਆਨ ਦੀ ਹੈ ਕੀ ਸਿਰਫ ਪਾਠ ਕਰਨਾ ਕਾਫੀ ਹੈ ਕੀ ਪਾਠ ਕਰ ਲੈਣ ਨਾਲ ਕਰ ਲੈਣਾ ਹੀ ਕਾਫੀ ਹੈ ਕੀ ਇਹ ਸਰੂਪ ਹੀ ਕਾਫੀ ਹੈ ਇਹ ਗੱਲਾਂ ਬੜੀਆਂ ਵਿਚਾਰਨ ਵਾਲੀਆਂ ਨੇ ਔਰ ਇਹ ਬੜੀਆਂ ਚਿੰਤਨ ਵਾਲੀਆਂ ਗੱਲਾਂ ਨੇ ਸਿਰ ਨੀਵਾ ਕਰਕੇ ਸੋਚਣ ਵਾਲੀਆਂ ਗੱਲਾਂ ਨੇ ਔਰ ਅਗਰ ਅਜੀ ਅਸੀਂ ਅਗਰ ਅੱਜ ਇਸ ਦੇ ਵਿਚਾਰ ਨਾ ਕੀਤੇ ਤੇ ਆਉਣ ਵਾਲਾ ਕੱਲ ਸਾਡੇ ਅੱਜ ਨੂੰ ਕੋਸੇਗਾ ਜੋ ਅਸੀਂ ਗਰਾਉਂਡ ਰਿਐਲਿਟੀ ਤੇ ਅੱਜ ਦੇਖ ਰਹੇ ਹਾਂ ਭੁਗਤ ਰਹੇ ਹਾਂ ਹਾਊ ਵਰ ਮੇ ਹਲੀਵੁੱਡਸ ਯੂ ਰੀਡ ਜਿੰਨੇ ਮਰਜ਼ੀ ਪਵਿੱਤਰ ਸ਼ਬਦ ਤੁਸੀਂ ਪੜ੍ਹ ਲਓ ਹਾਊ ਆਰ ਮੇ ਹੋਲੀ ਵਰਡਸ ਯੂ ਸਪੀਕ ਜਿੰਨੇ ਮਰਜ਼ੀ ਪਵਿੱਤਰ ਸ਼ਬਦ ਤੁਸੀਂ ਬੋਲ ਲਓ ਵਾਟ ਗੁੱਡ ਵਿਲ ਦੇ ਡੂ ਇਫ ਯੂ ਡੂ ਨਾਟ ਅੰਡਰਸਟੈਂਡ ਐਂਡ ਐਕਟ ਅਪਨ ਥੈਮ ਉਹਦਾ ਫਾਇਦਾ ਕੀ ਹੈ ਜੇ ਤੁਸੀਂ ਉਸ ਨੂੰ ਉਸ ਦੇ ਹਿਸਾਬ ਨਾਲ ਉਸ ਤੇ ਅਮਲ ਨਹੀਂ ਕਰੋਗੇ ਕਹਿਣ ਨੂੰ ਇਹ ਬੜੀਆਂ ਸੋਖੀਆਂ ਗੱਲਾਂ ਨੇ ਮੈਂ ਬੋਲ ਰਿਹਾ ਪਰ ਇਸ ਨੂੰ ਥੋੜਾ ਜਿਹਾ ਥੋੜਾ ਜਿਹਾ ਨਹੀਂ ਬੋਤਾ ਜਾ ਵਿਚਾਰੋ ਅੱਜ ਮੈਂ ਥੋੜਾ ਜਿਹਾ ਕਹਿਣਾ ਹੀ ਨਹੀਂ ਅੱਜ ਬਹੁਤਾਂ ਵਿਚਾਰਨ ਦੀ ਗੱਲ ਮੈਂ ਕਰਨ ਵਾਲੀ ਗੱਲ ਹੈ ਅਸੀਂ ਸਰੂਪ ਨੂੰ ਹੀ ਜੋ ਹੈ ਇਹ ਗਰੰਟਡ ਲੈ ਲਿਆ ਕਿ ਠੀਕ ਹੈ ਸਰੂਪ ਨੂੰ ਅਸੀਂ ਇੰਟੈਕਟ ਰੱਖ ਲਿਆ ਬਸ ਇਟ ਇਜ਼ ਸਿੱਖ ਬਿਕਮਿੰਗ ਸਿੱਖ ਹੋ ਗਿਆ ਬੀਇੰਗ ਅ ਸਿੱਖ ਲਈ ਬਹੁਤ ਕੁਝ ਬਹੁਤ ਕੁਝ ਕਰਨਾ ਪਏਗਾ ਕੱਲ ਲੈਕਚਰ ਹੈ ब्रिजिंग द गैप बिटवीन यंगस्टर्स एंड गुरु ग्रंथ साहिब ਅਸੀਂ ਉਸਤੇ ਵੀ ਗੱਲ ਕਰਾਂਗੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਧਰਮ ਦੀ ਗੱਲ ਕਰਦੇ ਆ ਤਾਂ ਸਿੱਖ ਉਹ ਹੈ ਫਿਰ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਧਰਮ ਗੁਰੂ ਗ੍ਰੰਥ ਸਾਹਿਬ ਦੇ ਧਰਮ ਨੂੰ ਅਪਣਾ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਦਾ ਧਰਮ ਹੋਇਆ ਜਿਹੜਾ ਅਸੀਂ ਪਹਿਲੇ ਲੈਕਚਰ ਤੋਂ ਹੁਣ ਤੱਕ ਤੁਹਾਨੂੰ ਦੱਸਦੇ ਆਏ ਹਾਂ ਇਹ ਵਿਸ਼ਾ ਚਿੰਤਨ ਦਾ ਹੈ ਇਹ ਵਿਸ਼ਾ ਇਨਟਰੋਸਪੈਕਸ਼ਨ ਦਾ ਹੈ ਇਹ ਵਿਸ਼ਾ ਚਿੰਤਾ ਦਾ ਹੈ ਧਰਮ ਸਿਰਫ ਬਾਹਰਲੇ ਰੂਪ ਵਿੱਚ ਨਹੀਂ ਡਾਕਟਰ ਦਲੀਪ ਸਿੰਘ ਦੀਪਿਕ ਬਹੁਤ ਵੱਡੇ ਵਿਦਵਾਨ ਹੋਏ ਨੇ ਬੜੀਆਂ ਕਿਤਾਬਾਂ ਲਿਖੀਆਂ ਨੇ ਉਹਨਾਂ ਨੇ ਉਹ ਕਹਿੰਦੇ ਨੇ ਕਿ ਧਰਮ ਸਿਰਫ ਬਾਹਰਲੇ ਰੂਪ ਵਿੱਚ ਨਹੀਂ ਧਰਮ ਦਾ ਸਬੰਧ ਤਾਂ ਰੂਹ ਨਾਲ ਹੈ ਮੈਂ ਪੁਆਰ ਪ੍ਰੈਸਰ ਪੂਰਨ ਸਿੰਘ ਦੀ ਵੀ ਗੱਲ ਬੜੀ ਵਾਰ ਇੱਥੇ ਕਹਿ ਚੁੱਕਿਆ ਹਾਂ ਤੁਸੀਂ ਕੀ ਖਾਂਦੇ ਹੋ ਕੀ ਨਹੀਂ ਕੀ ਪਹਿਨਦੇ ਹੋ ਕੀ ਨਹੀਂ ਇਸ ਦਾ ਧਰਮ ਨਾਲ ਕੋਈ ਸਬੰਧ ਨਹੀਂ ਧਰਮ ਦਾ ਸਬੰਧ ਹੈ ਤਾਂ ਸਿਰਫ ਤੇ ਸਿਰਫ ਸੂਰਤ ਨਾਲ ਹੈ ਤੁਸੀਂ ਇਸ ਗੱਲ ਨੂੰ ਬੜਾ ਹੀ ਸੋਚਣਾ ਇਸ ਗੱਲ ਨੂੰ ਕਿਸੇ ਵੀ ਦੇਸ਼ ਦੀ ਕਿਸੇ ਵੀ ਕੌਮ ਦੀ ਮੈਂ ਕੌਮ ਦੀ ਤੇ ਜ਼ਿਆਦਾ ਠੀਕ ਲੱਗੇਗਾ ਮੈਨੂੰ ਇਹ ਗੱਲ ਕਰਾਂ ਕਿਸੇ ਵੀ ਕੌਮ ਦੀ ਗਰੀਬ ਅਮੀਰੀ ਤੇ ਗਰੀਬੀ ਦਾ ਸਬੰਧ ਕਿ ਮਾਇਆ ਨਾਲ ਹੋ ਸਕਦਾ ਹੈ ਕਿ ਇਹ ਕੌਮ ਬੜੀ ਖੁਸ਼ਹਾਲ ਹੈ ਇਹ ਬੜਾ ਕੰਮ ਕਰਦੇ ਨੇ ਇਹਨਾਂ ਕੋਲ ਬਹੁਤ ਪੈਸਾ ਹੈ ਕਿ ਅਮੀਰੀ ਗਰੀਬੀ ਇਸ ਨਾਲ ਸਬੰਧ ਰੱਖਦੀ ਹੈ ਤਸਿਆਨੇ ਵਿਦਵਾਨ ਕਹਿੰਦੇ ਨੇ ਕਿ ਕਿਸੇ ਵੀ ਕੌਮ ਦੀ ਅਮੀਰੀ ਦਾ ਸਬੰਧ ਉਸ ਕੌਮ ਦੇ ਵਸਿੰਦੇ ਜਿਹੜੇ ਨੇ ਉਹ ਕਿੰਨੇ ਕੁ ਵਿਦਵਾਨ ਨੇ ਕਿੰਨਾ ਕਿ ਇੰਟੈਲੈਕਟ ਆਉਣਾ ਵਿੱਚ ਕਿੰਨੇ ਕੋ ਆਪਣੀ ਸੁਰਤ ਦੇ ਨੇੜੇ ਨੇ ਉਹਦੇ ਨਾਲ ਆ ਔਰ ਸਾਡਾ ਹਾਲ ਕੀ ਹੋ ਗਿਆ ਮੈਂ ਪੜ ਰਿਹਾ ਸੀ ਸ਼ਬਦ ਮੈਨੂੰ ਲੱਗਦਾ ਪਿਆ ਸੀ ਜਿਵੇਂ ਸ਼ਬਦ ਕੌਮੀ ਤੌਰ ਤੇ ਸਾਡੇ ਲਈ ਹੋਵੇ ਦਾਦ ਦੇਖ ਸਭ ਕੋ ਹਸੇ ਐਸੀ ਦਸ਼ਾ ਸਾਡੀ ਸੱਚ ਮੰਨਣਾ ਸਾਡੀ ਦਸ਼ਾ ਐਜੋ ਜੇ ਹੋਈ ਪਈ ਐ ਅੰਦਰੋਂ ਅੰਨਾ ਬਾਹਰੋਂ ਅੰਨਾ ਕੂੜੀ ਕੂੜੀ ਗਾਵੇ ਦੇਹੀ ਧੋਵੇ ਚੱਕਰ ਬਣਾਏ ਮਾਇਆ ਕੋ ਬੋਦਾਵੇ ਅੱਛਾ ਇਹ ਮੈਂ ਨਹੀਂ ਕਹਿ ਰਿਹਾ ਇਹ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ 500 ਸਾਲ ਪਹਿਲੇ ਗੁਰੂ ਸਾਹਿਬ ਕਹਿ ਰਹੇ ਨੇ ਔਰ ਜਦੋਂ ਉਹਨਾਂ ਨੇ ਦੂਸਰੇ ਮਜ਼ਬਾਂ ਦੇ ਵਿੱਚ ਵੇਖਿਆ ਕਿ ਸਭ ਕੁਝ ਇਹ ਹੀ ਹੋ ਰਿਹਾ ਐ ਅੰਨੋਂ ਅੰਦਰੋਂ ਅੰਨਾ ਬਾਹਰੋਂ ਅੰਨਾ ਕੂੜੀ ਕੂੜੀ ਗਾਵੇ ਦੇਹੀ ਧੋਵੇ ਚੱਕਰ ਬਣਾਏ ਬਸ ਉਤਲੇ ਜਿਹੜੇ ਪਖੰਡ ਕਰ ਲੈ ਸਾਰੇ ਉਹਦੇ ਨਾਲ ਹੀ ਉਹ ਸ਼ੋਅ ਕਰ ਰਿਹਾ ਕਿ ਸੇਮ ਇਹੀ ਚੀਜ਼ ਹੁਣ ਸਾਡੇ ਵਿੱਚ ਹੈ ਸੈਂਕੜੇ ਸਾਲਾਂ ਤੋਂ ਆ ਰਿਹਾ ਪਰ ਅੱਜ ਦੇ ਦਿਨ ਮੈਂ ਦੇਖਦਾ ਤਾਂ ਬਿਲਕੁਲ ਇਹੀ ਕੁਝ ਹੋ ਰਿਹਾ ਹੈ ਕਿ ਬਸ ਐਨੇ ਐਨੇ ਮੋٹے ਕੜੇ ਪਾ ਲੋ ਕਿ ਕੜਿਆਂ ਦੇ ਸਾਈਜ਼ ਵੱਧੇ ਜਾ ਰਹੇ ਨੇ ਕਿ ਅਸੀਂ ਜਿੰਨਾ ਮੋਟਾ ਕੜਾ ਉਹਨਾ ਮੋਟਾ ਵੱਡਾ ਹੁਸੀਂ ਸਮਝਦਾ ਕਿ ਮੈਂ ਬਿਕਮਿੰਗ ਸੇਕ ਹੋ ਗਿਆ ਐਥਿਕਸ ਐਂਡ ਵੈਲਿਊਜ਼ ਨਿਰਧਾਰਤ ਕਰਨੀਆਂ ਔਖੀਆਂ ਨਹੀਂ ਇਹਨਾਂ ਨੂੰ ਮੰਨਣਾ ਹਟਾਉਣਾ ਇਹਨਾਂ ਤੇ ਪਹਿਰਾ ਦੇਣਾ ਔਖਾ ਹੈ ਗੁਰੂ ਸਾਹਿਬ ਨੇ ਨਿਰਧਾਰਤ ਵੀ ਕੀਤੀਆਂ ਔਰ ਉਹਨਾਂ ਨੂੰ ਮੰਨਿਆ ਵੀ ਉਹਨਾਂ ਤੇ ਪਹਿਰਾ ਵੀ ਦਿੱਤਾ ਔਰ ਸਾਨੂੰ ਤਕੀਦ ਕੀਤੀ ਕਿ ਐਥਿਕਸ ਨੇ ਵੈਲਿਊਜ਼ ਨੇ ਇਹ ਸ਼ਬਦ ਗੁਰੂ ਹੈ ਇਹਦੇ ਇੱਕ ਇੱਕ ਅੱਖਰ ਵਿੱਚ ਇੱਕ ਇੱਕ ਸ਼ਬਦ ਦੇ ਵਿੱਚ ਵੈਲਿਊਜ਼ ਹੈਗੀਆਂ ਇਹਨਾਂ ਤੇ ਪਹਿਰਾ ਵੀ ਦਿਓ ਇਹਨੂੰ ਅਪਣਾਓ ਵੀ ਪਰ ਅਸੀਂ ਕੀ ਕਰ ਰਹੇ ਆਂ ਧਰਮ ਮਨੁੱਖ ਨੂੰ ਸਹੂਲਤਾਂ ਤੱਕ ਨਹੀਂ ਯੋਗਤਾ ਤੱਕ ਲੈ ਜਾਂਦਾ ਹੈ ਇਹ ਬੜੀ ਹੀ ਇਹਦੇ ਵਿੱਚ ਸਮਝਣ ਵਾਲੀ ਗੱਲ ਹੈ ਕਿ ਜਿਹੜਾ ਧਰਮ ਹੈ ਜਿਹੜਾ ਮਜ਼ਹਬ ਹੈ ਮੈਂ ਕਹਿ ਲਵਾਂ ਗੁਰੂ ਗ੍ਰੰਥ ਸਾਹਿਬ ਮਨੁੱਖ ਨੂੰ ਸਹੂਲਤਾਂ ਤੱਕ ਨਹੀਂ ਯੋਗਤਾ ਤੱਕ ਲੈ ਜਾਂਦਾ ਹੈ ਕੁਆਲਿਟੀਜ਼ ਤੱਕ ਲੈ ਜਾਂਦਾ ਹੈ ਪਰਸਨੈਲਿਟੀ ਤੱਕ ਲੈ ਜਾਂਦਾ ਹੈ ਗੁਰਮੁਖਤਾ ਤੱਕ ਲੈ ਜਾਂਦਾ ਹੈ ਸੰਪੂਰਨ ਮਨੁੱਖਤਾ ਤੱਕ ਲੈ ਜਾਂਦਾ ਹੈ ਪਰਫੈਕਟ ਮੈਨ ਤੱਕ ਲੈ ਜਾਂਦਾ ਹੈ ਪਰ ਅਸੀਂ ਕਿ ਸਨੇ ਲਿਖੀ ਸੀ ਗੱਲ ਥੋੜੀ ਸਖਤ ਐ ਪਰ ਮੈਂ ਆਪਣੇ ਆਪ ਤੇ ਹੀ ਮੰਨ ਲਿਆ ਕਿ ਅਸੀਂ ਇੰਨੇ ਮੂਰਖਾਂ ਸਿਰ ਮੂਰਖ ਬਣ ਗਏ ਕਿ ਬਾਣੀ ਪੜਨ ਨੂੰ ਬੇਅਦਬੀ ਤੇ ਅਗਨ ਭੇਟ ਕਰਨ ਨੂੰ ਸਤਕਾਰ ਸਮਝਣਾ ਸ਼ੁਰੂ ਕਰ ਦਿੱਤਾ ਪੈਸੇ ਦੇ ਕੇ ਦੂਜਿਆਂ ਤੋਂ ਗੁਰਬਾਣੀ ਪੜਾਉਣਾ ਗਾਉਣਾ ਅਤੇ ਖਾਣ ਪੀਣ ਦੀ ਮौज-ਮਸਤੀ ਸਾਡਾ ਧਰਮ ਬਣ ਗਿਆ ਅਸੀਂ ਧਰਮ ਤੱਕ ਨੂੰ ਇਤਨਾ ਥੱਲੇ ਇਤਨਾ ਮਤਲਬ ਅਸੀਂ ਸੰਕੋਚ ਕੇ ਰੱਖ ਦਿੱਤਾ ਇਹ ਟਾਪਿਕ ਬਹੁਤ ਸੰਜੀਦਾ ਹੈ ਔਰ ਇਸ ਤੇ ਉਤੇ ਬੜਾ ਧਿਆਨ ਦੇਣ ਵਾਲਾ ਹੈ ਔਰ ਇਹ ਮੈਂ ਬੜੀ ਵਾਰ ਕਹਿਣਾ ਕਿ ਅਗਰ ਹਰ ਸਿੱਖ ਹਰ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਅਗਰ ਆਪਣਾ ਫਰਜ਼ 셀ਫ ਰਿਸਪੋਨਸਿਬਿਲਟੀ ਅੱਜ ਤੋਂ ਹੁਣੇ ਤੋਂ ਹੀ ਸਮਝ ਲੈ ਕੇ ਮੈਂ ਜਿਹੜਾ ਇਹ ਟਾਪਿਕ ਹੈ ਬੀਇੰਗ ਐਂਡ ਬਿਕਮਿੰਗ ਸਿੱਖ ਵਾਲੀ ਗੱਲ ਕਰ ਲਵਾਂ ਆਪਣੇ ਪਰਿਵਾਰ ਤੋਂ ਫਿਰ ਆਪਣੇ ਸਬੰਧੀਆਂ ਤੱਕ ਆਪਣੇ ਜਾਣਕਾਰਾਂ ਤੱਕ ਮੈਨੂੰ ਲੱਗਦਾ ਹੈ ਕਿ ਅਸੀਂ ਜਿਹੜੀ ਚਿੰਤਾ ਤੇ ਚਿੰਤਨ ਦੇ ਵਿੱਚ ਫਸਿਆ ਉਸ ਤੋਂ ਜ਼ਰੂਰ ਨਿਜਾਤ ਪਾ ਲਵਾਂਗੇ। ਤੋਂ ਇਹ ਵਿਸ਼ਾ ਪ੍ਰਿੰਸੀਪਲ ਨਰਿੰਦਰਪਾਲ ਸਿੰਘ ਜੀ ਸਾਡੇ ਵਿੱਚ ਨੇ ਇਹ ਵਿਸ਼ਾ ਇਹ ਕਰਨਗੇ। ਗੁਰੂ ਕਿਰਪਾ ਕਰੇ ਮੈਂ ਸਾਰ ਨੂੰ ਬੇਨਤੀ ਕਰਦਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਅੱਜ ਦਾ ਵਿਸ਼ਾ ਹੈ ਬੀਇੰਗ ਐਂਡ ਬਿਕਮਿੰਗ ਅ ਸਿੱਖ ਗੁਰਬਾਣੀ ਦੇ ਅੰਦਰ ਬਹੁਤ ਥਾਵਾਂ ਦੇ ਉੱਤੇ ਕਿਉਂਕਿ ਜਿਸ ਵੇਲੇ ਪਾਤਸ਼ਾਹ ਜੀ ਨੇ ਬਾਣੀ ਰਚੀ ਤਾਂ ਉਹਨਾਂ ਦੇ ਸਾਹਮਣੇ Hindu ਤੇ Musalman ਆਪਣੇ ਆਪਣੇ ਤਰੀਕੇ ਦੇ ਨਾਲ ਆਪਣਾ ਧਰਮ ਨਿਭਾ ਰਹੇ ਸਨ ਤੇ ਗੁਰੂ ਪਾਤਸ਼ਾਹ ਨੇ ਈ ਅਸਲ ਦੇ ਵਿੱਚ ਧਰਮ ਨਿਭਾਉਣਾ ਹੈ ਉਸ ਦੀ ਗੱਲ ਕੀਤੀ ਜਿਵੇਂ ਉਹਨੇ ਗੱਲ ਕਰ ਰਹੇ ਸਨ ਕਿ ਮੁਸਲਮਾਨ ਜਨਮ ਤੋਂ ਨਹੀਂ ਹੈ ਉਹਨੂੰ ਬਣਾਉਣਾ ਪੈਂਦਾ ਉਹਨੂੰ ਬੰਨਾ ਪੈਂਦਾ ਸੰਸਕ੍ਰਿਤ ਦੇ ਜਿਹੜੇ ਗ੍ਰੰਥ ਨੇ ਉਹਨਾਂ ਦੇ ਵਿੱਚ ਜਦੋਂ ਧਰਮ ਦੀ ਗੱਲ ਆਉਂਦੀ ਹੈ ਧਰਮ ਦੀ ਜਦੋਂ ਡਿਫਾਈਨ ਕੀਤਾ ਜਾਂਦਾ ਹੈ ਤੇ ਕਹਿੰਦੇ ਹਨ ਧਰਮ ਤੋਂ ਪਾਵੈ ਧਰਮ ਸ਼ਬਦ ਦੀ ਉਤਪਤੀ ਧੀ ਧਾਤੂ ਤੋਂ ਹੋਈ ਧੀ ਤੋਂ ਮਤਲਬ ਹੈ ਧਾਰਨ ਕਰਨਾ ਧਰਮ ਉਹ ਵਸਤੂ ਹੈ ਜਿਸਕੇ ਧਾਰਨ ਕਰਨੇ ਸੇ ਸਵਰਗ ਦੀ ਪ੍ਰਾਪਤੀ ਹੁੰਦੀ ਹੈ ਧਰਮ ਕੋਈ ਜਨਮ ਜਾਤ ਨਹੀਂ ਹੁੰਦਾ ਇਹ ਧਾਰਨ ਕਰਨਾ ਪੈਂਦਾ ਇਹਨੂੰ ਅਕਵਾਇਰ ਕਰਨਾ ਪੈਂਦਾ ਰਿਲੀਜੀਅਨ religous really desta arth hai to bind it to bind with home to bind with the holy kise pavitra shair nal judna manukh ne judna koi janm jaat dharm leke nahi hunda jaddo bachcha janm lenda hai te onu keha janda hai navjat shishu odi koi jaat nahi eh banna penda hai eh acquire karna penda hai guru padse ne bahut khulasa kita hai ਇਸ ਬਾਰੇ ਕਿ ਅਸਲੀ ਧਰਮ ਕੀ ਹੈ ਜਾਂ ਧਰਮ ਤੋਂ ਭਾਵ ਕੀ ਹੈ ਜੇ ਮੁਸਲਮਾਨ ਨੂੰ ਵੀ ਮੁਖਾਤਬ ਹੋਏ ਨੇ ਤਾਂ ਉਹਨਾਂ ਨੇ ਤਾਂ ਬੜਾ ਕਲੀਅਰ ਆਖਿਆ ਕਿ ਮੁਸਲਮਾਨ ਕੌਣ ਹੈ ਕਿ ਇਹ ਮੁਸਲਮਾਨ ਕਹਾਵਨ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ ਕਿ ਇਵਨ ਮੁਸਲਮਾਨ ਕਹਾਉਣਾ ਹੀ ਬੜਾ ਔਖਾ ਕੰਮ ਹੈ ਅਵਲ ਔਲ ਦੀਨ ਕਰ ਮਿੱਠਾ ਮਸਕਲ ਮਾਨਾ ਮਾਲ ਮੁਸਾਵੈ ਹੋਏ ਮੁਸਲਮ ਦੀਨ ਮੁਹਾਨੇ ਮਰਨ ਜੀਵਨ ਕਾ ਭਰਮ ਚੁਕਾਵੈ ਰੱਬ ਕੀ ਰਜਾਏ ਮੰਨੇ ਸਿਰ ਉਪਰ ਕਰਤਾ ਮੰਨੇ ਆਪ ਗਵਾਵੇ ਤੋ ਸਰਬ ਜੀਆਂ ਮਿਹਰਮੰਤ ਹੋਏ ਤਾ ਮੁਸਲਮਾਨ ਕਹਾਵੇ ਬੜਾ ਔਖਾ ਮੁਸਲਮਾਨ ਕਹਾਉਣਾ ਹੈ ਪਰ ਹਰ ਕੋਈ ਇਸ ਗੱਲ ਦੇ ਵਿੱਚ ਉਸ ਵੇਲੇ ਮੁਸਲਮਾਨਾ ਸਿਰਫ ਸਰੀਰ ਸਾਰੀਅਤ ਪੜ੍ਹ ਕਰੇ ਵਿਚਾਰ ਇਸ ਗੱਲ ਦੀ ਧਾਰਮਿਕ ਹੋਂਮੇ ਵੱਦ ਤੋਂ ਵੱਦ ਕਿ ਅਸੀਂ ਸਾਡਾ ਸ੍ਰੇਸ਼ਟ ਸਾਡਾ ਈਮਾਨ ਮੁਸਲ ਹੈ ਆਰਿਆ ਤੋਂ ਭਾਵੇਂ ਬੜਾ ਅਸੀਂ ਸ੍ਰੇਸ਼ਟਾਂ ਪਰ ਗੁਰੂ ਪਾਤਸ਼ਾਹ ਤਾਂ ਜੇ ਪੰਡਤ ਹੈ ਸੋ ਪੰਡਤ ਜੋ ਮਨ ਪਰਬੋਦੇ RAM ਨਾਮ ਆਤਮ ਮੈ ਸੋਦੇ ਗੁਰੂ ਪਾਤਸ਼ਾਹ ਇਸ ਬਾਰੇ ਵਾਲੋਂ ਨਿੱਕੀ ਪੁਰਸਲਾਤ ਏਤ ਮਾਰਗ ਜਾਣਾ ਜੜਾ ਸਿੱਖੀ ਦਾ ਮਾਰਗ ਹੈ ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ ਖੰਡੇ ਦੀ ਧਾਰ ਦੇ ਉੱਤੇ ਤੁਰਨਾ ਜ਼ਮੀਨ ਉੱਤੇ ਤੁਰਨਾ ਸੁਖ ਹੈ ਆ ਪੈਰ ਰੱਖਣੇ ਸੋਖੇ ਨੇ ਪਰ ਧਾਰ ਦੇ ਉੱਤੇ ਪੈਰ ਰੱਖਣਾ ਤੁਸੀਂ ਵੇਖਿਆ ਹੋਣਾ ਕਈ ਬਾਜੀਗਰ ਇੱਕ ਤਾਰ ਦੇ ਉੱਤੇ ਤੁਰਦੇ ਨੇ ਬੜੀ ਮਿਹਨਤ ਦੇ ਨਾਲ ਪਰ ਸਿੱਖੀ ਦਾ ਜਿਹੜਾ ਮਾਰਗ ਹੈ ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ ਕਿਹਾ ਜਾਂਦਾ ਹੈ ਗੁਰੂ ਪਾਤਸ਼ਾਹ ਨੇ ਤੇ ਬਾਹਰ ਦੇ ਭੇਖ ਨੂੰ ਤਾਂ ਕੰਡਮ ਕੀਤਾ ਭਈ ਕੇਵਲ ਬਾਹਰ ਦੇ ਪੇਖਤੋਂ ਕੋਈ ਕਿ ਇਹ ਆਖੇ ਕਿ ਮੈਂ ਇਹ ਧਰਮੀ ਹੋ ਗਿਆ ਉਹਨੇ ਤਿਲਕ ਲਗਾ ਲਿਆ ਉਹਨੇ ਧੋਤੀ ਪੈਣ ਲਈ ਹੈ ਤੇ ਆਖੇ ਕਿ ਮੈਂ ਉਹਨ ਪੰਡਤ ਹੋ ਗਿਆ ਨਹੀਂ ਭਾਈ ਗੱਲ ਅੰਦਰ ਦੀ ਮਨ ਦੀ ਮਨ ਰਹੀਂ ਉਸ ਧਰਮ ਨੂੰ ਅਪਣਾਉਣ ਦੀ ਹੈ ਤੇ ਸਿੱਖੀ ਦੇ ਵਿੱਚ ਜਿਹੜੀ ਮਨ ਦੀ ਸਿੱਖੀ ਹੈ ਲੋਕੀ ਕਹਿੰਦੇ ਨੇ ਅਸੀਂ ਤਾਂ ਮਨ ਤੋਂ ਸਿੱਖਾਂ ਬਾਹਰ ਦੇ ਵੇਖਦੀ ਅਸੀਂ ਬਾਹਰ ਦੇ ਸਰੂਪ ਦੀ ਗੱਲ ਨਹੀਂ ਅਪਣਾਉਂਦੇ ਅਸੀਂ ਤਾਂ ਮਨ ਤੋਂ ਸਿੱਖਾਂ ਪਰ ਮਨ ਤੋਂ ਸਿੱਖ ਬੰਨਾ ਬਾਹਰਲੇ ਸਿੱਖ ਬੰਨਨ ਤੋਂ ਕਿਤੇ ਓਖਾ ਹੈ ਹੁਣ ਗੁਰੂ ਪਾਤਸ਼ਾਹ ਨੇ ਜਰਾ ਇਸ ਦੇ ਥੋੜੇ ਜਿ ਦੇ ਪਿਛੋਕੜ ਵੱਲ ਜਾਈਏ ਕਿਸੇ ਨੇ ਹੱਥ ਵਿੱਚ ਕੜਾ ਪਾਇਆ ਹੋਵੇ ਤੇ ਪੁੱਛ ਲੈਂਦੇ ਨੇ ਵੀ ਸਿੱਖ ਹੈ ਗੁਰਦੁਆਰੇ ਨੂੰ ਮੰਨਦਾ ਪਰ ਜੇ ਹੱਥ ਵਿੱਚ ਕੜਾ ਹੈ ਕੜਾ ਜਾਂਦਿਓ ਮਿਲਿਆ ਕਿਉਂ ਹੈ ਕਿਸ ਵਾਸਤੇ ਪਹਿਨਦੇ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੜਾ ਉਦੋਂ ਪਹਿਨਾਇਆ ਸਿੱਖਾਂ ਨੂੰ ਜਦੋਂ ਉਹਨਾਂ ਨੇ ਪਰਮਗਰ ਨੂੰ ਤੋੜ ਲਿਆ ਜਦੋਂ ਉਹਨਾਂ ਨੇ ਵਹਿਮ ਭਰਮਾਂ ਨੂੰ ਜਿੱਤ ਲਿਆ ਤੇ ਅੱਜ ਅਸੀਂ ਸਾਰੇ ਵਹਿਮ ਭਰਮ ਇਸੇ ਸੱਜੇ ਹੱਥ ਨਾਲ ਹੀ ਕਰਨਿਆ ਕੜਾ ਪਾਇਆ ਹੋਇਆ ਕਰਦੇ ਆਂ ਜਾਂਦੇ ਹੋਵੋਗੇ ਕੀ ਅ ਕੁਝ ਗੁਰੂ ਪਾਤਸ਼ਾਹ ਨੇ ਇਮਤਿਹਾਨ ਲੈਣ ਵਾਸਤੇ ਸਿੱਖਾਂ ਦਾ ਇਮਤਿਹਾਨ ਲਿਆ ਬਹੁਤ ਸਾਰੇ ਮਾਂ ਦੇ ਬੁਰੇ ਤੇਲ ਲੋਹੇ ਦੇ ਪੀਪੇ দান ਕੀਤੇ ਬਾਟੇ ਵਗੈਰਾ ਬੁਲਾ ਲਿਆ ਵਿਧਵੇ ਨੂੰ ਵੀ ਸ਼ਨੀ ਦਾ ਦਾਨ ਕੀਤਾ ਗੁਰਸਿੱਖ ਬੜੇ ਹੈਰਾਨ ਵੀ ਪਾਤਸ਼ਾਹ ਨੇ ਇਹ ਸਾਰਾ اڈੰਬਰ ਇੰਨਾ ਵੱਡਾ ਕਰ ਲਿਆ ਸਾਨੂੰ ਕਹੀ ਜਾ ਰਹੇ ਨੇ ਕਿ ਦੇਵੀ ਦੇਵਤੇ ਨੂੰ ਨਹੀਂ ਮੰਨਾਈ ਕਿ ਕਾਲਪੁਰਖ ਨੂੰ ਮੰਨੈ ਤੇ ਅੱਜ ਦਾਨ ਕਿਉਂ ਕੀਤਾ ਉਹਨਾਂ ਜਾ ਕੇ ਜਦੋਂ ਅਨੰਦਪੁਰ ਖੋਤੇ ਲੈ ਕੇ ਆਇਆ ਸਮਾਨ ਸਾਰਾ ਲੱਦ ਲਿਆ ਦੂਰ ਗਿਆ ਤੇ ਉਹਨਾਂ ਸਾਰਿਆਂ ਨੇ ਰੋਕ ਲਿਆ ਕਿ ਇਹ ਸਭ ਇੱਥੇ ਧਰ ਦੇ ਕਹਿੰਦਾ ਜੀ ਸ਼ਨੀ ਦਾ ਦਾਨ ਹੈ ਕੋਈ ਹਜਮ ਨਹੀਂ ਕਰ ਸਕਦਾ ਇਹ ਕੇਵਲ ਬ੍ਰਾਹਮਣ ਹਜਮ ਕਰ ਸਕਦਾ ਸੇ ਕਹਿੰਦੇ ਨਸੀ ਸਭ ਜਾਣਦੇ ਆ ਉਹਨਾਂ ਸਾਰਾ ਕੁਝ ਤਰ੍ਹਾਂ ਲਿਆ ਮਾਂ ਦੇ ਬੜੇ ਬਣਾਏ ਤੇਲ ਵਿੱਚ ਤਲੇ ਸਭ ਨੂੰ ਖਵਾਏ ਹੁਣ ਬਾਟੇ ਸਨ ਲੋਹੇ ਦੇ ਬੱਡੇ ਬਣਾ ਕੇ ਕੜੇ ਪਾਲੇ ਤੇ ਸਭ ਨੇ ਦੇਖਿਆ ਵੀ ਕੜੇ ਪਾਲੇ ਨੂੰ ਗੁਰੂ ਸਾਹਿਬ ਪੁੱਛਿਆ ਵੀ ਕੀ ਕੀਤਾ ਕਹਿਣ ਲੱਗੇ ਜੀ ਅਸੀਂ ਉਹ ਜਿਹੜਾ ਤੁਸੀਂ ਦਾਨ ਕੀਤਾ ਸੀ ਨਾ ਉਹ ਸਭ ਵਾਪਸ ਲਿਆ ਆ ਤੇ ਉਹਦੇ ਕੜੇ ਪਾਲੇ ਨੂੰ ਪਾਤਸ਼ਾਹ ਨੇ ਸ਼ਾਬਾਸ਼ ਦਿੱਤੀ ਇਹ ਤੁਸੀਂ ਅੱਜ ਪਰਮਗੜ੍ਹ ਤੋੜਿਆ ਬੜਾ ਚੰਗਾ ਕੀਤਾ ਤੇ ਇਹ ਕੜੇ ਨੂੰ ਕਕਾਰ ਦੇ ਰੂਪ ਵਿੱਚ ਸ਼ਾਮਲ ਕੀਤਾ ਉਹਨਾਂ ਸੀ ਆਮ ਤੌਰ ਤੇ ਸਮਝਦੇ ਆ ਕਿਰਪਾਨ ਪਹਿਨ ਲੈਣੀ ਸੋਖਾ ਕੰਮ ਐ ਕਿਰਪਾਨ ਪਹਿਨ ਲਈ ਸਿੱਖ ਹੋਗੇ ਕਨਿੰਘਮ ਲਿਖਦਾ ਕਿ ਇਹ ਜੋ ਕਿਰਪਾਨ ਹੈ ਜਾਂ ਇੰਦਭੂਸ਼ਨ ਬਨਰਜੀ ਲਿਖਦਾ ਇਹ ਜੋ ਕਿਰਪਾਨ ਹੈ ਐ ਗੁਰੂ ਗੋਬਿੰਦ ਸਿੰਘ ਜੀ ਨੇ ਜਾਂ ਗੁਰੂ ਹਰਗੋਬਿੰਦ ਸਾਹਿਬ ਨੇ ਨਹੀਂ ਪਹਿਨਾਈ ਇਸ ਦਾ ਫੁਲਾਦ ਤਾਂ ਗੁਰੂ ਨਾਨਕ ਨੇ ਤਿਆਰ ਕੀਤਾ ਕਿਵੇਂ ਜਦੋਂ ਆਖ ਦੇਨ ਬਾਬਰ ਨੂੰ ਜਿਹੜੇ ਬਾਬਰ ਦੇ ਪ੍ਰਥਾਏ ਸ਼ਬਦ ਨੇ ਬਾਬਰ ਵਾਣੀ ਫਿਰਗੀ ਕੋਰ ਨਾਲ ਰੋਟੀ ਖਾਏ ਤੇ ਉੱਥੇ ਗੱਲ ਕੀ ਕਹਿੰਦੇ ਨੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਐਸੀ ਜੁਰਤ ਮਨ ਵਿੱਚ ਪਹਿਲਾਂ ਤੇ ਜੁਰਤ ਪੈਦਾ ਕਰਨੀ ਹੈ ਜਿਨ੍ਹਾਂ ਨੇ ਸਦੀਆਂ ਤੋਂ ਕਦੇ ਕਰਤ ਨਹੀਂ ਸੀ ਪਕੜੀ ਉਹਨਾਂ ਨੂੰ ਤਲਵਾਰ ਦੇ ਧਨੀ ਬਣਾ ਦੇਣਾ ਉਹਨਾਂ ਦੇ ਅੰਦਰ ਪਹਿਲਾਂ ਤਾਂ ਜੁਰਤ ਪਹਿਲੇ ਬਾਦਸ਼ਾਹ ਨੇ ਭਰੀ ਹੈ ਜੁਰਤਾਂ ਸਾਡੇ ਵਿੱਚ ਹੋਵੇ ਨਾ ਅਸੀਂ ਅਫਸਰ ਦਾ ਭੈਅ ਵੇਖ ਕੇ ਹੀ ਡਰ ਜਾਈਏ ਇੱਕ ਸਿਪਾਈ ਦਾ ਹੀ ਡਰ ਵੇਖ ਕੇ ਭਰ ਜਾਈਏ ਤੇ ਅੰਦਰ ਸਾਡੇ ਸੱਚ ਨਾ ਹੋਵੇ ਗੁਰੂ ਪਾਤਸ਼ਾਹ ਤਾਂ ਕਹਿੰਦੇ ਨਾ ਸੱਚ ਸੁਣਾਏ ਸੀ ਸੱਚ ਕੀ ਵੇਲਾ ਵਕਤ ਸਿਰ ਜਿਸ ਵੇਲੇ ਸੱਚ ਕਹਿਣ ਦਾ ਮੌਕਾ ਹੈ ਉੱਥੇ ਸੱਚ ਨਾ ਆਖਿਆ ਮਾਫ ਕਰਨਾ ਸਾਡੇ ਬਹੁਤ ਸਾਰੇ ਵਿਟਨੈਸ ਆਈ ਵਿਟਨੈਸ ਜਿਨ੍ਹਾਂ ਨੇ 84 ਹੰਡਾਇਆ ਅਦਾਲਤ ਵਿੱਚ ਪੈਸੇ ਲੈ ਕੇ ਜਾਂ ਦੂਸਰੇ ਕਹਿ ਕੇ ਘਰ ਬਹਿ ਗਏ ਕਿੰਨੀ ਵੱਡੀ ਨਮੋਸ਼ੀ ਤੇ ਕੀ ਅਸੀਂ ਆਪਣੇ ਆਪ ਨੂੰ ਕਾਂਗੇ ਕਿ ਅਸੀਂ ਜੁਰਤ ਵਾਲੇ ਆ ਜੁਰਤ ਤਾਂ ਹੈ ਕਿ ਕਿਸੇ ਦਾਵੇ ਨਿਰਭੋਜ ਜਪ ਸਗਲ ਭੋ ਮਿਟੈ ਤੇ ਜਦ ਤੱਕ ਅੰਦਰੋਂ ਦੀ ਭੈ ਨਹੀਂ ਗਿਆ ਤੇ ਫਿਰ ਮਾਫ ਕਰਨਾ ਕਿਰਪਾਨ ਪਹਿਨਣ ਦੇ ਨਾਲ ਵੀ ਤੁਹਾਡੇ ਅੰਦਰ ਨਿਰਪੈਤਾ ਨਹੀਂ ਜੇ ਆਣੀ ਇਹ ਤਾਂ ਪਹਿਲਾਂ ਮਨ ਦੀ ਸਿੱਖੀ ਧਾਰਨ ਕਰਨ ਦੀ ਗੱਲ ਹੈ ਮਨੋ ਉਸ ਦੇ ਅੰਦਰ ਜੁਰਤ ਪੈਦਾ ਕਰਨ ਦੀ ਗੱਲ ਹੈ ਤੇ ਗੁਰੂ ਪਾਤਸ਼ਾਹ ਨੇ ਤੇ ਉਹ ਜੁਰਤ ਪੈਦਾ ਕੀਤੀ ਹੈ ਤਾਇਓ ਜੇ ਗੁਰੂ ਨਾਨਕ ਨੇ ਬਾਬਰ ਨੂੰ ਜਾਬਰ ਆਖਿਆ ਤੇ ਗੁਰੂ ਅੰਗਦ ਸਾਹਿਬ ਨੇ ਹਿਮਾਇਉ ਨੂੰ ਵੀ ਤਾੜਨਾ ਕਰਤੀ ਵੀ ਇਹ ਤਲਵਾਰ ਅੱਜ ਤੂੰ ਫਕੀਰ ਤੇ ਚੁੱਕਣ ਆਇਆ ਉਸ ਵੇਲੇ ਕਿੱਥੇ ਸੀ ਜਦੋਂ ਤੂੰ ਸ਼ੇਰ ਸ਼ਾਹ ਸ਼ੂਰੀ ਕੋਲੋਂ ਭਾਂਜ ਖਾਧੀ ਸੀ ਗੁਰੂ ਅਮਰਦਾਸ ਜੀ ਨੇ ਅਕਬਰ ਨੂੰ ਆਖਿਆ ਸੀ ਭਈ ਤੂੰ ਆ ਰਹਿਆ ਨਾ ਦਰਬਾਰੇ ਚ ਤਾਂ ਪਹਿਲੇ ਪੰਗਤ ਪਾਛੇ ਸੰਗਤ ਸਿਧਾਂਤ ਕਿ ਭਾਵੇਂ ਰਾਜਾ ਹੈ ਤੇ ਭਾਵੇਂ ਰੰਗ ਹੈ ਇੱਕ ਪੰਗਤ ਵਿੱਚ ਬਹਿ ਕੇ ਲੰਗਰ ਛਕੇਗਾ ਤੇ ਅੰਦਰ ਆਵੇਂਗਾ ਨਹੀਂ ਤੇ ਦਰਸ਼ਨ ਨਹੀਂ ਹੋਣੇ ਇਹ ਜੁਰਤ ਹੈ ਵੱਡੇ ਤੋਂ ਵੱਡੇ ਤਾਕਤ ਦਾ ਭੈ ਨਾ ਮੰਨਣਾ ਇੱਕ ਵੱਡੀ ਤਾਕਤ ਉਹ ਜੋ ਸਰਵਕਲਾ ਸਮਰਥ ਵਾਹਿਗੁਰੂ ਅਕਾਲ ਪੁਰਖ ਹੈ ਉਸ ਤੋਂ ਬਗੈਰ ਹੋਰ ਕਿਸੇ ਦਾ ਡਰ ਨਾ ਮੰਨਣਾ ਹਾਂ ਸੱਚ ਤੇ ਪਹਿਰਾ ਦੇਣਾ ਤੇ ਜੇਕਰ ਸੱਚ ਤੇ ਪਹਿਰਾ ਨਹੀਂ ਦਿੱਤਾ ਤਾਂ ਸਿੱਖ ਨਹੀਂ ਉਖਵਾ ਸਕਦੇ ਇਹ ਜੋ ਸਾਡਾ ਬਾਹਰ ਦਾ ਸਰੂਪ ਹੈ ਗੁਰੂ ਸਾਹਿਬ ਨੇ ਇਹਦਾ ਮੂਲ ਵੀ ਦੱਸ ਦਿੱਤਾ ਬੜਾ ਸੋਖਾ ਕੰਮ ਹੈ ਨਾ ਸਰੂਪ ਧਾਰਨ ਕਰ ਲੈਣਾ ਕੇਸ ਰੱਖ ਲੈਣਾ ਕਕਾਰ ਪਹਿਨ ਲੈਣੇ ਪਰ ਜੇ ਅੰਦਰ ਦੀ ਸਿੱਖੀ ਨਹੀਂ ਕਨਿੰਗਮ ਬੜੀ ਸੋਹਣੀ ਇੱਕ ਸਾਖੀ ਦਾ ਜ਼ਿਕਰ ਕਰਦਾ ਹੈ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਦਾ ਕਹਿਣ ਲੱਗੇ ਕਿ ਆਨੰਦਪੁਰ ਸੰਗਤਾਂ ਆ ਰਹੀਆਂ ਸੀ ਤੇ ਡਰਨ ਕਿ ਖੇਤਾਂ ਦੇ ਵਿੱਚ ਇੱਕ ਸ਼ੇਰ ਆ ਗਿਆ ਉਹ ਖੇਤਾਂ ਵਿੱਚ ਸ਼ੇਰ ਆ ਜਾਏ ਤੇ ਲੋਕ ਘਵਰਾਂ ਕੋਲੇ ਪਾਸੋਂ ਨਿਕਲਣ ਨਾ ਤੇ ਦੇਖਿਆ ਵੀ ਸ਼ੇਰ ਕਾ ਚੱਲ ਰਿਹਾ ਐ ਇਸ ਗੱਲ ਵੀ ਕਿਸੇ ਨੇ ਧਿਆਨ ਨਹੀਂ ਕੀਤਾ ਇੱਕ ਦੋ ਦਿਨ ਨਿਕਲ ਗਏ ਤੀਜੇ ਚੌਥੇ ਦਿਨ ਉਦੋਂ ਦੀ ਕੁਮਾਰ ਲੰਘਿਆ ਆਪਣੇ ਖੇਤੇ ਆਪਣੇ ਖੋਤੇ ਲੈ ਕੇ ਤੇ ਉਹ ਸ਼ੇਰ ਹੀਂਗ ਪਿਆ ਅਸਲ ਵਿੱਚ ਉਹ ਸ਼ੇਰ ਨਹੀਂ ਸੀ ਖੋਤਾ ਸੀ ਉੱਤੇ ਸ਼ੇਰ ਦੀ ਖਲ ਪਾਈ ਸੀ ਤੇ ਸਾਰਿਆਂ ਨੂੰ ਪਤਾ ਲੱਗ ਗਿਆ ਬੜਾ ਹਾਸਾ ਮਚਿਆ ਉਹ ਉਹਨੇ ਜਿਸ ਵੇਲੇ ਕਿਆ ਮੇਰਾ ਖੋਤਾ ਗੁੰਮਿਆ ਹੋਇਆ ਸੀ ਇਹ ਲਵ ਪਿਆ ਡੰਡੇ ਮਾਰੇ ਉਹਨੇ ਤੇ ਪਹਿਲਾਂ ਤੇ ਬੜਾ ਹਰਾਨ ਹੋਇਆ ਵੀ ਬੜੀ ਸੋਹਣੀ ਖਲ ਪਾਈ ਆ ਇਹਦੇ ਉੱਤੇ ਤੇ ਉਹਨੇ ਉਤਾਰੀ ਦੇ ਵਿੱਚੋਂ ਖੋਤਾ ਹੀ ਨਿਕਲਿਆ ਤੇ ਸਿੰਘਾਂ ਨੂੰ ਵੀ ਪਤਾ ਲੱਗ ਗਿਆ ਗੁਰੂ ਪਾਤਸ਼ਾਹpass ਹੱਸਦੇ ਹੱਸਦੇ ਪਹੁੰਚ ਗਏ ਬੜਾ ਹਾਸਾ ਮਚਿਆ ਕਿ ਉਹ ਉਹ ਸ਼ੇਰ ਨਹੀਂ ਸੀ ਜੀ ਉਹ ਖੋਤਾ ਸੀ ਉਹ ਉਹਦੇ ਉੱਤੇ ਖਲ ਪਾਈ ਹੋਈ ਸੀ ਗੁਰੂ ਸਾਹਿਬ ਨੇ ਸੰਬੋਧਨ ਕੀਤਾ ਬੜੀ ਤਾੜਨਾ ਕੀਤੀ ਭਾਈ ਤੁਸੀਂ ਵੇਖ ਕੇ ਹੱਸ ਰਹੇ ਹੋ ਪਰ ਤੁਸੀਂ ਇਹ ਦੇਖੋ ਦਰਬਾਰ ਦੇ ਵਿੱਚ ਕਿੰਨੇ ਕੋ ਐਸੇ ਬੈਠੇ ਜੇ ਜਿਨ੍ਹਾਂ ਨੇ ਉਪਰੋਂ ਤੇ ਕੇਵਲ ਕਕਾਰ ਪਹਿਨੇ ਨੇ ਪਰ ਅੰਦਰੋਂ ਦੀ ਮਨ ਦੀ ਸਿੱਖੀ ਨਹੀਂ ਹੈ ਐਵੇਂ ਨਹੀਂ ਆਖਿਆ ਰਹਿਤ ਪਿਆਰੀ ਮੋਹੇ ਕੋ ਸਿੱਖ ਪਿਆਰਾ ਨਾਏ ਤਰੇ ਕੇਸ ਪਹਲ ਬਿਨਾ ਪੇਖੀ ਮੂੜਾ ਸਿਖ ਸੋ ਬਾਹਰ ਦਾ ਪੇਖ ਬਣਾਣਾ ਫਿਰ ਸੁਖ ਹੈ ਪਰ ਅੰਦਰੋਂ ਜੁਰਤ ਪੈਦਾ ਕਰਨੀ ਹੁਣ ਦਿਆ ਕਪਹਾ ਸੰਤੋਖ ਸੂਤ ਜਦ ਗੰਢੀ ਸਤਵਟ ਇਹ ਜਨਉ ਜੀ ਕਾ ਹਾਈ ਤ ਪਾਂਡੇ ਘਤ ਨਾਹ ਟੁੱਟੇ ਨਾਮ ਲੱਗੇ ਨਾਹ ਜਲੇ ਨਾ ਜਾਏ ਧਨ ਸੁ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ ਗੁਰੂ ਪਾਤਸ਼ਾਹ ਨੇ ਉਸ ਵੇਲੇ ਇੱਕ ਬ੍ਰਾਹਮਣ ਨੂੰ ਇੱਕ ਪੰਡਤ ਨੂੰ ਖਤਰੀ ਵੀ ਪੈਂਦੇ ਨੇ ਵੈਸ਼ ਵੀ ਪੈਂਦੇ ਨੇ ਬਾਹਰ ਦਾ ਜਨੇਊ ਪਾਇਆ ਜਾਂਦਾ ਤੇ ਉਹਨਾਂ ਦਾ ਧਾਰਮਿਕ ਚਿੰਨ ਹੈ ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਵੀ ਇਹ ਧਾਰਮਿਕ ਚਿੰਨ ਬਾਹਰੋਂ ਤਾਂ ਤੁਸੀਂ ਇੱਕ ਤਾਗੇ ਦੇ ਰੂਪ ਵਿੱਚ ਤਹਰੇ ਪਾਇਨ ਤਗ ਗਲੀ ਜਿਨ੍ਹਾਂ ਜਫਮਾਲੀਆਂ ਲੋਟੇ ਹੱਥ ਨਾ ਬੱਗ ਉਹ ਹਰ ਕੇ ਸੰਤ ਨਾ ਆਖੀਏ ਬਾਨਾਰਸ ਕੇ ਠੱਗ ਜਨੂ ਪਹਿਨ ਲੈਣਾ ਇੱਕ ਧਾਰਮਿਕ ਚਿੰਨ ਹੈ Hindu ਅਖਵਾਉਣ ਦੀ ਨਿਸ਼ਾਨੀ ਹੈ ਕੋਈ ਧਾਰਮਿਕ ਕਰਮ ਕਰਨਾ ਹੋਏ ਤੇ ਜਨੂ ਪਹਿਨਣਾ ਪੈਂਦਾ ਯੱਗੋ ਪਵਿੱਤ ਵੀ ਕੀਤਾ ਜਾਂਦਾ ਹੈ ਜਦੋਂ ਵੇਦੀ ਤੇ ਬੈਠਦਾ ਲਾਵਾ ਪੜਨ ਲਈ ਜਨੂ ਪਾਇਆ ਜਾਂਦਾ ਹੈ ਪਰ ਗੁਰੂ ਪਾਤਸ਼ਾਹ ਉਹਦੇ ਵਿੱਚ ਕੰਡੀਸ਼ਨ ਕੀ ਲਗਾਉਂਦੇ ਹਨ ਹਾਂ ਜਨੇਉ ਕਿਹੜਾ ਚਾਹੀਦਾ ਦਇਆ ਕਪਹਾ ਸੰਤੋਖ ਸੂਤ ਦਇਆ ਦੀ ਕਪਹਾ ਦਾ ਸੂਤਰ ਵਟਿਆ ਹੋਵੇ ਜਤ ਗੰਢੀ ਸਤ ਵਟ ਉਹਦੇ ਉੱਤੇ ਜਤ ਦੀਆਂ ਗੰਡਾਂ ਪਾਈਆਂ ਜਾਣ ਜਤ ਗੰਢੀ ਸਤ ਵਟ ਸਚਾਈ ਦਾ ਵਟ ਚਾੜਿਆ ਹੋਵੇ ਜਿਹੜਾ ਇਹ ਚਿੰਨ ਹੈ ਇਹ ਜਿਹੜਾ ਆਤਮਿਕ ਜਨੈਵੂ ਹੈ ਜੇਕਰ ਇਹ ਧਾਰਮਿਕ ਚਿੰਨ ਕਿਸੇ ਪੰਡਤ ਕਿਸੇ ਬ੍ਰਾਹਮਣ ਕਿਸੇ ਖੱਤਰੀ ਸ਼ੂ ਵੈਸ਼ਦੀ ਜੇਕਰ ਤੜਨਾ ਤੇ ਕੀ ਇਹ ਸਿੱਖ ਦੇ ਕਕਾਰਾਂ ਉੱਤੇ ਨਹੀਂ ਢੁਕਦਾ ਜੇ ਸਿੱਖ ਨੇ ਕਕਾਰ ਪਹਿਨੇ ਨੇ ਤੇ ਜੇ ਉਹਦੇ ਅੰਦਰ ਦਇਆ ਨਹੀਂ ਹੈ ਜੇ ਉਹਦੇ ਅੰਦਰ ਸੰਤੋਖ ਨਹੀਂ ਹੈ ਜੇ ਉਹਦੇ ਉਹ ਜੱਤ ਦਾ ਧਾਰਨੀ ਨਹੀਂ ਆ ਭਾਵੇਂ ਕਿ ਛੇਰਾ ਪਾਇਆ ਪਰ ਜੱਤ ਦਾ ਧਾਰਨੀ ਨਹੀਂ ਹੈ ਪਰ ਇਹ ਇਸਤਰੀਵਾਲ ਪ੍ਰਾਇਮ ਮਰਦਵਾਲ ਉਹ ਪੈੜੀ ਨਗਰ ਨਾਲ ਵੇਖਦਾ ਤਾਂ ਉਹ ਸਿੱਖ ਨਹੀਂ ਅਖਵਾ ਸਕਦਾ ਗੁਰੂ ਦਾ ਸਿੱਖ ਨਹੀਂ ਅਖਵਾ ਸਕਦਾ ਉਸ ਨੇ ਪੇਖ ਸਰੂਰ ਬਣਾਇਆ ਗੁਰੂ ਪਾਤਸ਼ਾਹ ਜੇਕਰ ਦੂਸਰੇ ਦੇ ਪੇਖ ਨੂੰ ਕਹਿ ਰਹੇ ਨੇ ਤੇ ਸਾਰਿਆਂ ਤੋਂ ਪਹਿਲਾਂ ਜਿਵੇਂ ਕਿ ਆ ਜਾਂਦਾ ਇੱਕ ਉਂਗਲ ਅੱਧੇ ਵੱਲ ਕਰੋ ਤੇ ਬਾਕੀ ਚਾਰ ਉਂਗਲਾਂ ਤੁਹਾਡੇ ਆਪਣੇ ਵੱਲ ਇੰਗਿਤ ਹੁੰਦੀਆਂ ਹਨ ਉਹ ਇਸ਼ਾਰਾ ਕਰਦੀਆਂ ਹਨ ਇਹ ਸੋਚਣ ਨੂੰ ਮਜਬੂਰ ਕਰਦੀਆਂ ਹਨ ਕਿ ਮੈਂ ਜਿੱਦੇ ਉੱਤੇ ਕੋਈ ਅਟੈਕ ਕਰਨ ਲੱਗਾ ਕੋਈ ਗੱਲ ਉਹਦੇ ਵਾਸਤੇ ਕਹਿਣ ਲੱਗਾ ਕਿ ਉਹ ਮੇਰੇ ਉੱਤੇ ਪੂਰੀ ਨਹੀਂ ਹੁੰਦੀ ਅਸੀਂ ਕੁਝ ਵੀ ਕਹਿਣ ਤੋਂ ਪਹਿਲਾਂ ਕੁਝ ਵੀ ਕਰਨ ਤੋਂ ਪਹਿਲਾਂ ਇਹ ਜ਼ਰੂਰ ਸੋਚੀਏ ਕਿ ਗੁਰੂ ਪਾਤਸ਼ਾਹ ਅੰਦਰਲੀ ਗੱਲ ਕਰਦੇ ਨੇ ਤੇ ਅੰਦਰ ਦੀ ਗੱਲ ਕੇਵਲ ਮਨ ਜਾਣਦਾ ਹੈ ਮਨ ਜਾਣਤ ਸਭ ਬਾਤ ਸਾਰੀ ਗੱਲ ਮਨ ਜਾਣਦਾ ਪਰ ਹੁੰਦਾ ਕੀ ਹੈ ਅਸੀਂ ਆਪਣੀ ਗੱਲ ਨੂੰ ਸੁਣਦੇ ਹੀ ਨਹੀਂ ਉਸ ਵੱਲ ਸਾਡਾ ਧਿਆਨ ਨਹੀਂ ਜਾਂਦਾ ਗੁਰੂ ਪਾਛਾ ਤਾਂ ਜਦੋਂ ਗੱਲ ਕਰਦੇ ਨੇ ਮੁਸਲਮਾਨ ਸਿਫਤ ਸਰੀਅਤ ਪੜ੍ਹ-ਪੜ੍ਹ ਕਰਹਿ ਵਿਚਾਰ ਬੰਦੇ ਸੇ ਜੇ ਪਵੇ ਬੰਦੀ ਵੇਖਣ ਕੋ ਦੀਦਾਰ ਰੱਬ ਦੇ ਅਸਲੀ ਬੰਦੇ ਤਾਂ ਉਹ ਹਨ ਜੋ ਰੱਬ ਦੇ ਦਰਸ਼ਨ ਦੀ ਆਸ਼ਾ ਰੱਖਦੇ ਨੇ ਤੇ ਉਸ ਦੀ ਰਜ਼ਾ ਦੀ ਬੰਦਸ਼ ਵਿੱਚ ਰਹਿੰਦੇ ਨੇ ਬੰਦੇ ਸੇ ਜੇ ਪਵੇ ਬੰਦੀ ਵੇਖਣ ਕੋ ਉਸ ਬੰਦਸ਼ ਦੇ ਵਿੱਚ ਰਹਿੰਦੇ ਨੇ ਰੱਬ ਦੀ ਬੰਦਸ਼ ਦੇ ਵਿੱਚ ਰਹਿਣ ਵਾਲੇ ਉਹ ਲੋਕਾਂ ਦੇ ਉੱਤੇ ਕੋਈ ਫਤਵਾ ਚਾੜਨ ਤੋਂ ਪਹਿਲਾਂ ਮੋਕੇ ਆਮ ਤੌਰ ਤੇ ਅਸੀਂ ਦੂਸਰਿਆਂ ਦੇ ਪਤੀ ਦੇ ਬੜੀ ਛੇਤੀ ਡਿਸੀਜਨ ਲੈਨੇ ਆ ਬੜੀ ਛੇਤੀ ਜਜਮੈਂਟ ਪਾਸ ਕਰਦੇ ਆ इवन ਆਪਣੇ ਬੱਚਿਆਂ ਨੂੰ ਵੀ ਜ਼ਰਕ ਜਿੰਨੀ ਕੋਈ ਗੱਲ ਕੋਈ ਹੁਨਤਾਈ ਹੋਈ ਹੋਵੇ ਤੇ ਛੱਟ ਡਾਂਟ ਫਟਕਾਰ ਕੇ ਲਾਪਾ ਕਰ ਦਿੰਨੇ ਆ ਪਰ ਥੋੜਾ ਸੰਕੋਚ ਕਰਕੇ ਕਿ ਦੂਜਿਆਂ ਦੇ ਉੱਤੇ ਕੋਈ ਵੀ ਫਤਵਾ ਲਾਉਣ ਤੋਂ ਪਹਿਲਾਂ ਆਪਣੇ ਉੱਤੇ ਉਸ ਪਰਮਾਤਮਾ ਦੀ ਰੱਬ ਦੀ ਰਜ਼ਾ ਦਾ ਕੁੰਡਾ ਰੱਖੀਏ ਜੇ ਰੱਬ ਦੀ ਰਜ਼ਾ ਦਾ ਕੁੰਡਾ ਇਸ ਦੂਸਰਿਆਂ ਨੂੰ ਕਹਿਣ ਤੋਂ ਪਹਿਲਾਂ ਪਹਿਲਾਂ ਆਪਣੀ ਪੀੜੀ ਥੱਲੇ ਛੋਟਾ ਫੇਰ ਲਈਏ ਤੇ ਗੱਲ ਬੰਦੀ ਹੈ ਬੰਦੀ ਅੰਦਰ ਸਿਫਤ ਕਰਾਏ ਤੋ ਕਹੀਏ ਬੰਦਾ ਬੰਦਾ ਤਾਂ ਉਹ ਹੈ ਜਿਹੜਾ ਆਪ ਬੰਦਸ਼ ਵਿੱਚ ਰਹਿੰਦਾ ਹੈ ਜਿਹੜਾ ਉਸ ਰੱਬ ਦੀ ਰਜ਼ਾ ਨੂੰ ਹਰ ਵੇਲੇ ਆਪਣੇ ਆਪਾ ਪਰਚੋਲਦਾ ਰਹਿੰਦਾ ਤੇ ਤਾਂ ਹੀ ਕਿਸੇ ਦੂਸਰੇ ਨੂੰ ਕਿਸੇ ਦੂਸਰੇ ਨੂੰ ਜਿਹੜੀ ਕਹਿਣ ਦੀ ਗੱਲ ਆਉਂਦੀ ਹੈ ਤੇ ਬੜੀ ਸੰਕੋਚਵੀਂ ਤੇ ਸਭ ਤੋਂ ਪਹਿਲਾਂ ਤਾਂ ਇਹ ਹੀ ਕਿਹਾ ਜਾਂਦਾ ਬੁਰਾ ਪਲਾਤ ਚਿਰ ਆਖਦਾ ਜਿਚਰ ਹੈ ਦੋਏ ਮਾਂ ਦ્વੈਤ ਅੰਦਰ ਬਣੀ ਹੋਈ ਆ ਅਸੀਂ ਦੂਜਿਆਂ ਨੂੰ ਬੁਰਾ ਤੇ ਪਲਾ ਕਹਿੰਨੇ ਆ ਤੇ ਅਸਲ ਦੇ ਵਿੱਚ ਤਾਂ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ ਗੁਰੂ ਪਾਛੇ ਨੇ ਕਦੇ ਕਿਸੇ ਵੀ ਧਰਮ ਨੂੰ ਨਹੀਂ ਨਿੰਦਿਆ ਕਿਸੇ ਦੇ ਧਰਮ ਚਿੰਨ ਨੂੰ ਨਹੀਂ ਨਿੰਦਿਆ ਸਗੋਂ ਉਹਨਾਂ ਨੇ ਤਾਂ ਅਸਲੀ ਚਿੰਨ ਕਿਹੜੇ ਨੇ ਧਰਮ ਦੇ ਤੇ ਉਹ ਤਾਂ ਕੇਵਲ ਤੇ ਕੇਵਲ ਮਨ ਦੀ ਸੁੰਦਰਤਾ ਨੇ ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੇ ਰਾਂਗਰੀ ਜਿੰਨੇ ਹੁਣ ਮਿਸ ਐਸਪਰਲ ਬਕ ਜਿਹੜੀ ਨੋਬਲ ਪ੍ਰਾਈਜ਼ Winner ਹੈ ਜਿਸਨੇ ਲਿਟਰੇਚਰ ਦੇ ਉੱਤੇ ਬਹੁਤ ਕੁਝ ਲਿਖਿਆ ਹੈ ਵਰਲਡ ਲਿਟਰੇਚਰ ਦੇ ਵਿੱਚ ਉਸ ਦਾ ਨਾਂ ਹੈ ਉਹ ਇੱਕ ਥਾਂ ਲਿਖਦੀ ਹੈ ਕਿ ਮੈਂ ਵਰਲਡ ਰਿਲੀਜੀਅਨਸ ਨੂੰ ਪੜਿਆ ਸਾਰੇ ਧਰਮਾਂ ਦੀਆਂ ਧਾਰਮਿਕ ਪੁਸਤਕਾਂ ਨੂੰ ਪੜਿਆ ਪਰ ਜਿੰਨੀ ਖਿੱਚ ਗੁਰੂ ਗ੍ਰੰਥ ਸਾਹਿਬ ਮੇਰੇ ਮਨ ਨੂੰ ਪਾਉਂਦਾ ਹੈ ਦੇਖੋ ਕਹਿੰਦੀ ਕਿ ਮੈਂ ਤੇ ਟ੍ਰਾਂਸਲੇਸ਼ਨ ਪੜਿਆ ओरिजिनल ਭਾਸ਼ਾ ਵਿੱਚ ਕਿੰਨੀ ਖਿੱਚ ਰੱਖਦਾ ਹੋਏਗਾ ਇਸ ਦਾ ਮੈਂ ਅੰਦਾਜ਼ਾ ਵੀ ਨਹੀਂ ਲਗਾ ਸਕਦੀ ਪਰ ਟ੍ਰਾਂਸਲੇਸ਼ਨ ਵੀ ਮੈਨੂੰ ਇੰਜ ਖਿੱਚ ਪਾਉਂਦੀ ਹੈ ਜਿਵੇਂ ਸਿੱਧੀ ਮਨ ਨੂੰ ਗੱਲ ਕਰਦੀ ਹੈ ਅਸੀਂ ਤਾਂ ਪਾਠ ਪੜ ਜਾਂਦੇ ਆਂ ਅਸੀਂ ਗੁਰਦੁਆਰੇ ਜਾਂਦੇ ਆ ਪਰ ਗੁਰਦੁਆਰੇ ਲਾਏ ਭਾਵਨੀ ਗੁਰਦੁਆਰੇ ਦੇ ਵਿੱਚ ਜਿਹੜੀ ਆਪਣੀ ਭਾਵਨੀ ਪੈ ਭਾਵਨੀ ਲਗਾ ਲੈਣਾ ਉਹ ਕਿੰਨਿਆਂ ਕੋ ਨਸੀਬ ਹੁੰਦਾ ਅਸੀਂ ਤਾਂ ਕੋਸ਼ਿਸ਼ ਕਰਦੇ ਆ 10 ਮਿੰਟ ਐਨ ਫਟਾਫਟ ਮੱਥਾ ਟੇਕ ਕੇ ਆ ਜਾਂਦੇ ਆ ਇਹ ਇਹ ਫਲਾਣੀ ਜਾਣਾ ਹੈ ਫਲਾਣਾ ਕੰਮ ਕਰਨਾ ਫੋਨ ਵੱਜ ਜਾ ਮੋਬਾਈਲ ਜਗਾ ਜਗਾ ਲਿਖਿਆ ਹੋਇਆ ਹੈ ਮੋਬਾਈਲ ਬੰਦ ਕਰ ਲੋ ਪਰ ਫਿਰ ਵੀ ਉੱਥੇ ਵੱਜ ਜਾਏ ਤੇ ਮੋਬਾਈਲ ਸੁਣਦੇ ਸੁਣਦੇ ਵੀ ਅੰਦਰ ਜਾਂਦੇ ਆ ਮਤੇ ਅਸੀਂ ਹੱਤੱਕ ਕਰ ਰਹੇ ਹੁੰਨੇ ਆ ਗੁਰਮਰਯਾਦਾ ਦੀ ਪਰ ਹੈ ਤਾਂ ਇਹ ਕਿ ਗੁਰਦੁਆਰੇ ਜਾਈਏ ਤਾਂ ਘੱਟੋ-ਘੱਟ ਜੋਤ ਚੱਲ ਰਿਹਾ ਹੈ ਕੁਝ ਸੁਣੀਏ ਤਾਂ ਸਹੀ ਉਸ ਕਥਾ ਤੇ ਵਿਚਾਰ ਦੇ ਵਿੱਚ ਸ਼ਮੂਲੀਅਤਾਂ ਦਈਏ ਬਹੁਤ ਵਾਰੀ ਤਾਂ ਲੋਕ ਉੱਥੇ ਬੈਠੇ ਹੁੰਦੇ ਉਹਨਾਂ ਦਰ ਕੀਰਤਨ ਚੱਲ ਰਿਹਾ ਕਥਾ ਚੱਲ ਰਹੀ ਹੋ ਆਪਣਾ ਗੁਟਕਾ ਲੈ ਕੇ ਨਿਤਨੇਮ ਕਰ ਰਹੇ ਹੁੰਦੇ ਨੇ ਮਰਯਾਦਾ ਵਿੱਚ ਕਲੀਅਰ ਲਿਖਿਆ ਹੈ ਕਿ ਐਟ এ ਟਾਈਮ ਇੱਕ ਗੱਲ ਹੋਣੀ ਚਾਹੀਦੀ ਹੈ ਜਾਂ ਕਥਾ ਜਾਂ ਕੀਰਤਨ ਤੇ ਸਾਰੇ ਉਸ ਵਿੱਚ ਸ਼ਮੂਲੀਅਤ ਦੇਣ ਪਰ ਅਸੀਂ ਆਪਣਾ ਆਪਣਾ ਰਾਗ ਲਾਪੀ ਜਾਂਦੇ ਆਂ ਤੇ ਅਸਰ ਕੀ ਹੋਵੇਗਾ ਗੱਲ ਤਾਂ ਇਹ ਹੈ ਕਿ ਅਸੀਂ ਜਿਹੜਾ ਆਪਣਾ ਪਾਠ ਕਰਨਾ ਹੈ ਆਪਣਾ ਘਰ ਨਿਵੇਰ ਤੋਂ ਕੇ ਜਾਈਏ ਤੇ ਉੱਥੇ ਜਾ ਕੇ ਜੋ ਸੰਗਤ ਦੇ ਵਿੱਚ ਬੈਠੀਏ ਸੰਗਤ ਵਿੱਚ ਅਸਰ ਆਪਣੇ ਤਰੀਕੇ ਦਾ ਵਾਈਬ੍ਰੇਸ਼ਨਸ ਦਾ ਸੋ ਇੱਕਠੇ ਜਦੋਂ ਸਾਰੇ ਪੜਦੇ ਨੇ ਉਸ ਕੋਰਸ ਤੇ ਵਿੱਚ ਜਦੋਂ ਸ਼ਾਮਲ ਹੋ ਜਾਓ ਤੇ ਮਨ ਬੱਦੋਬੱਦੀ ਲੱਗਦਾ ਜਿੱਥੇ ਨਾ ਲੱਗਦਾ ਹੋਵੇ ਸੰਗਤ ਵਿੱਚ ਆਗੇ ਜ਼ਰੂਰ ਲੱਗਦਾ ਜੇ ਇਹ ਕਰਕੇ ਵੇਖੋ ਗੱਲ ਤਾਂ ਇੱਥੇ ਆ ਜਾਂਦੀ ਹੈ ਕਿ ਅਸੀਂ ਘਟੋ ਘਟ ਆਪਣੇ ਆਪ ਦੇ ਨਾਲ ਤਾਂ ਇਨਸਾਫ ਕਰੀਏ ਆਪਣੇ ਆਪ ਨਾਲ ਇਨਸਾਫ ਇਹੀ ਹੈ ਕਿ ਜੋ ਚੱਲ ਰਿਹਾ ਹੈ ਜਿਸ ਤਰ੍ਹਾਂ ਦਾ ਸਿਸਟਮ ਬਣਿਆ ਹੈ ਉਸ ਸਿਸਟਮ ਦੇ ਵਿੱਚ ਸ਼ਮੂਲੀਅਤ ਲਈ ਪੂਰੀ ਦਿਾਨਤਦਾਰੀ ਦੇ ਨਾਲ ਹੁਣ ਸਿੱਖੀ ਕੀ ਹੈ ਸਿੱਖੀ ਤੋਂ ਭਾਵ ਕੀ ਹੈ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਹੁਣ ਸਿੱਖੀ ਸਿੱਖਿਆ ਗੁਰ ਵਿਚਾਰ ਗੁਰੂ ਦੀ ਵਿਚਾਰ ਹੈ ਪਰ ਅਸੀਂ ਕੇਵਲ ਉਸ ਨੂੰ ਮੰਨ ਲਿਆ ਬਾਹਰ ਦੇ ਵੇਖ ਨੂੰ ਗੁਰੂ ਸਮੰਦ ਨਦੀ ਸਭ ਸਿੱਖੀ ਨਾਤੇ ਜਿੱਤ ਵੜਿਆਏ ਉਹ ਨਹੀਂ ਉਸ ਗੁਰੂ ਰੂਪੀ ਨਦੀ ਦੇ ਵਿੱਚ ਚੁੱਭੀ ਹੀ ਨਾ ਲਾਈਏ ਕੇਵਲ ਬਾਹਰ ਖਲੋਤੇ ਖਲੋਤੇ ਹੀ ਲੰਘ ਆਈਏ ਤਾਂ ਉਹ ਸਿੱਖੀ ਦਾ ਜਿਹੜਾ ਅਸਰ ਹੈ ਉਹ ਨਹੀਂ ਜੇ ਹੋਣਾ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਏ ਆਪਣੇ ਭਾਣੇ ਜੋ ਚਲੇ ਭਾਈ ਵਿਛੜ ਚੋਟਾਂ ਖਾਏ ਸੋ ਸਿੱਖ ਸਖਾ ਬੰਦਪ ਹੈ ਭਾਈ ਸਿੱਖ ਦੇ ਲਈ ਭਰਾ ਕਿਹੜਾ ਸਾਖ ਸੰਬੰਧੀ ਕਿਹੜਾ ਜਿਹੜਾ ਗੁਰੂ ਦੇ ਭਾਣੇ ਅਨਸਾਰ ਚੱਲੇ ਪਰ ਅਸੀਂ ਲਵਦਿਆਂ ਇਹ ਮੇਰੀ ਮਨ ਮਰਜ਼ੀ ਦਾ ਸਾਥ ਦੇਣ ਵਾਲਾ ਭਾਵੇਂ ਸਾਨੂੰ ਗੁਰੂ ਦੇ ਉਲਟ ਲੈ ਕੇ ਜਾਏ ਸਾਨੂੰ ਇਹੋ ਜੇ ਕਰਮ ਕਰਾਉਣ ਵਾਸਤੇ ਪ੍ਰੇਰਿਤ ਕਰੇ ਜਿਹੜੇ ਸਿੱਖੀ ਨੂੰ ਸ਼ੋਭਾ ਨਹੀਂ ਦਿੰਦੇ ਪਰ ਗੁਰੂ ਪਾਤਸ਼ਾਹ ਤਾਂ ਇਹ ਕਹਿੰਦੇ ਕਿ ਉਹ ਕਰ ਉਸ ਨੂੰ ਭਰਾ ਬਣਾ ਉਸ ਨੂੰ ਬੰਦਾ ਪਣਾ ਜਿਹੜਾ ਗੁਰੂ ਦੇ ਬਾਣੇ ਵਿੱਚ ਚੱਲਦਾ ਜੇ ਕੋ ਸਿੱਖ ਗੁਰਸੇਤੀ ਸੰਮੁਖ ਹੋਵੇ ਹੋਵੇ ਤਾਂ ਸੰਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ ਉਸ ਦਾ ਜਿਹੜਾ ਜੀੜਾ ਉਹ ਗੁਰੂ ਦੇ ਨਾਲ ਰਹੇ ਮੇਰੇ ਨਾਲੇ ਟੀਚਰ ਸੀ ਕਹਿੰਦੀ ਜੇ ਮੇਰਾ ਜਿਹੜਾ ਕੰਮ ਨਾ ਹੁੰਦਾ ਹੋਏ ਨਾ ਮੈਂ ਸੁਖਮਨੀ ਸਾਹਿਬ ਦਾ ਗੁਟਕਾ ਪਰਸ ਵਿੱਚ ਰੱਖ ਲੈਣੀ ਆ ਤੇ ਮੇਰਾ ਸਾਰੇ ਕੰਮ ਹੋ ਜਾਂਦੇ ਨੇ ਹੁਣ ਅਸੀਂ ਆਪਣੇ ਆਪ ਨੂੰ ਸੀਮਿਤ ਕਰ ਲਿਆ ਦੁਨਿਆਵੀ ਕਾਰਜਾਂ ਦੀ ਕਰ ਸiddhi ਨੇ ਲਈ ਜਦ ਕਿ ਧਰਮ ਦਾ ਸੰਬੰਧ ਇਹ ਨਹੀਂ ਕਿ ਇਹ ਦੁਨਿਆਵੀ ਇੱਛਾਵਾਂ ਦੇ ਨਾਲ ਜਾਂ ਦੁਨਿਆਵੀ ਕਾਰਜਾਂ ਦੀ ਪੂਰਤੀ ਵਾਸਤੇ ਨਹੀਂ ਹੈ ਜ਼ਰੂਰ ਪੂਰੀਆਂ ਹੁੰਦੀਆਂ ਨੇ ਪਰ ਜਿਹੜਾ ਸਭ ਤੋਂ ਪ੍ਰਮੁੱਖ ਕੰਮ ਧਰਮ ਦਾ ਹੈ ਧਰਮ ਜਿਸ ਵਾਸਤੇ ਅਪਣਾਇਆ ਜਾਂਦਾ ਹੈ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਪਰਲੋਕ ਨੂੰ ਸੁਹੇਲਾ ਕਰਨਾ ਵੀ ਸਾਡਾ ਮੁੱਖ ਮੰਤਵ ਹੈ ਇਹ ਲੋਕ ਸੁਖੀ ਹੋਣਗੇ ਜ਼ਰੂਰ ਹੋਣਗੇ ਗੁਰੂ ਦੀ ਗੱਲ ਸੁਨਣ ਨਾਲ ਕਿਉਂਕਿ ਇਸ ਦੁਨੀਆ ਵਿੱਚ ਸਫਲ ਹੋਣ ਦੇ ਲਈ ਵੀ ਇਹ ਲੋਕ ਸੁਹੇਲਾ ਕਰਨਾ ਹੈ ਤੇ ਅਸੀਂ ਕਿੱਥੋਂ ਆਇਆ ਕਿੱਥੇ ਜਾਣਾ ਸਾਨੂੰ ਪਤਾ ਹੈ ਹਾਂ ਗੁਰੂ ਨੇ ਇੱਕ ਗੱਲ ਜ਼ਰੂਰ ਸਮਝਾਈ ਹੈ ਹਲਤ ਤੇ ਪਲ ਤੇਰੇ ਸਵਰ ਜਾਂਦੇ ਨੇ ਜੇਕਰ ਤੂੰ ਇਸ ਜੀਵਨ ਦੇ ਵਿੱਚ ਗੁਰੂ ਦੀ ਗੱਲ ਨੂੰ ਮੰਨ ਲਾਵੇਂ ਤਾਂ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੇ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਈਏ ਮੇਰੇ ਜੀ ਅੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਏ ਹਰਪੁਰਖ ਨਰਿੰਜਨਾ ਜੈ ਹਰ ਸਿਮਰਨ ਭਿਆ ਤਹ ਉਪਾਦ ਗਤ ਕਿੰਨੀ ਵੱਡ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਇਹ ਮਤ ਦਿਨੀ ਜਪ ਹਰ ਪੌਜਲ ਤਰਨਾ ਇਹ ਸੰਸਾਰ ਰੂਪੀ ਪੌਜਲ ਸਾਗਰ ਨੂੰ ਤਰਨ ਵਾਸਤੇ ਹੁਣ ਅਸੀਂ ਕਹਿੰਨੇ ਆ ਇਸ ਸੰਸਾਰ ਵਿੱਚ ਹੀ ਰਹੀਏ ਪੌਜਲ ਤਰਨ ਦੀ ਗੱਲ ਕਰਦੇ ਨਹੀਂ ਸੰਸਾਰ ਵਿੱਚ ਰਹਿਣ ਦੀ ਗੱਲ ਕਰਦੇ ਆ ਤਰਨਾ ਹੈ ਤੇ ਸੰਸਾਰ ਤੋਂ ਸਫਲ ਹੋਣਾ ਇੱਥੋਂ ਵੀ ਸਫਲ ਹੋ ਕੇ ਜਾਣਾ ਤੇ ਇੱਥੋਂ ਸਫਲ ਹੋ ਕੇ ਜਾਵਾਂਗੇ ਅਗਲਾ ਵੀ ਸਵਰਿਆ ਹੋਇਆ ਮਿਲੇਗਾ ਕਿਉਂਕਿ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਦਾ ਇਹੋ ਧਰਮ ਇਹ ਧਰਮ ਹੈ ਕਿ ਇਸ ਤਰ ਇਸ ਧਰਤੀ ਦੇ ਵਿੱਚ ਆਇਆ ਆਪਣਾ ਧਰਮ ਕਮਾ ਕੇ ਜਾਈਏ ਧਰਮ ਕਮਾਵਾਂਗੇ ਇਹ ਹਲਤ ਤਾਂ ਸਵਰੇਗਾ ਪਲਤ ਵੀ ਸਵਰ ਜਾਏਗਾ ਇਹ ਧਰਮ ਕਮਾਉਣ ਦਾ ਲਾਭ ਹੈ ਪਰ ਧਰਮ ਕਮਾਉਣ ਦਾ ਲਾਭ ਕੀ ਹੈ ਜਿਉ ਰਹੇ ਗੁਰ ਨਾਲੇ ਇਸ ਜਿਹੜੇ ਦੇ ਨਾਲ ਇਸ ਜੀ ਦੇ ਨਾਲ ਗੁਰੂ ਹਰਿਦਮ ਰਵੇ ਜੇ ਕੋ ਸਿੱਖ ਗੁਰ ਸੇਤੀ ਸੰਮੁਖ ਹੋਵੇ ਹੋਵੇ ਤਾਂ ਸੰਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੇ ਸਮਾਲੇ ਹੁਣ ਗੁਰੂ ਕੇ ਚਰਨ ਹੁਣ ਚਰਨ ਤਾਂ ਸਥੂਲ ਹੁੰਦੇ ਨੇ ਹੁਣ ਸਥੂਲ ਚਰਨਾਂ ਨੂੰ ਹਿਰਦੇ ਵਿੱਚ ਸੂਖਮ ਹਿਰਦੇ ਵਿੱਚ ਕਿਵੇਂ ਵਸਾਓਗੇ ਜੇ ਸੂਖਮ ਹਿਰਦਾ ਤੇ ਸੂਖਮ ਹੀ ਚਰਨ ਹੋਣਗੇ ਤੇ ਸੂਖਮ ਚਰਨ ਕਿਹੜੇ ਨੇ ਹਿਰਦੇ ਚਰਨ ਸ਼ਬਦ ਸਤਗੁਰ ਕੋ ਨਾਨਕ ਬਾੰਦਿਓ ਪਾਲ ਜਨਾ ਸ਼ਬਦ ਰੂਪੀ ਚਰਨ ਨੇ ਉਹਨਾਂ ਨੂੰ ਆਪਣੇ ਅੰਦਰ ਸੰਭਾਲ ਲੈ ਅੰਤਰ ਆਤਮੇ ਸਮਾਲ ਲੈ ਕੋਈ ਆਪਣੇ ਨਾਲ ਗੁੜਕਾ ਜੇ ਵੀ ਜਵਾਨ ਦੀ ਗੱਲ ਨਹੀਂ ਹੈ ਉਸ ਬਾਣੀ ਦੀ ਸਿੱਖਿਆ ਨੂੰ ਆਪਣੇ ਆਤਮ ਜਿਵੇਂ ਕਹਿੰਦਾ ਨਾ ਐਸੋ ਕਰ ਸੰਿਆਸਾ ਕਿਹੋ ਜਿਹਾ ਸੰਿਆਸ ਕਰਨਾ ਹੈ ਮਨੁੱਖ ਨੇ ਆਪਣੇ ਅੰਦਰ ਹਮੇਸ਼ਾ ਆਪਣੇ ਅੰਤਰਾਤਮਾ ਦੇ ਵਿੱਚ ਉਸ ਪ੍ਰਭੂ ਪਰਮਾਤਮਾ ਦੀ ਪੈ ਭਾਵਨੀ ਰੱਖਣੀ ਹੈ ਅੰਤਰ ਆਤਮੇ ਸੰਭਾਲੇ ਆਪ ਛੱਡ ਸਦ ਰਹੇ ਪਰਨੇ ਗੁਰ बिन अवर ਨ ਜਾਣੇ ਕੋਇ ਇੱਕ ਵਾਰੀ ਜਦੋਂ ਧਾਰਨ ਕਰ ਲਿਆ ਨਾ ਗੁਰੂ ਦੇ ਸ਼ਬਦ ਨੂੰ ਫਿਰ ਆਪਣਾ ਆਪਾ ਗਵਾ ਦਿੱਤਾ ਭਈ ਜੋ ਕਰ ਰਿਹਾ ਹੈ ਇਹ ਹੁਣ ਗੁਰੂ ਦੀ ਮਤ ਅਨਸਾਰ ਜਿਵੇਂ ਗੁਰੂ ਕਹਿੰਦਾ ਐਵੇਂ ਹੋ ਰਿਹਾ ਹੈ ਕਿ ਸੇ ਨਾਨਕ ਸੁਨ ਸੰਤੋਸ਼ ਸੋ ਸਿੱਖ ਸਨਮੁਖ ਹੋਏ ਹੁਣ ਕਿਸੇ ਨੇ ਬਾਹਰਲੀ ਰਹਿਤ ਰੱਖ ਲਈ ਤੇ ਅਸੀਂ ਸਾਡਾ ਆਮ ਤੌਰ ਤੇ ਹੁੰਦਾ ਹੈ ਇਹ ਗੁਰੂ ਕਾ ਪੂਰਨ ਸਿੱਖ ਪਰ ਬਾਣੀ ਦੇ ਵਿੱਚ ਕਿਹੜਾ ਗੁਰੂ ਪੂਰਨ ਸਿੱਖ ਹੈ ਜਿਸ ਦੇ ਅੰਦਰ ਆਤਮੇ ਸ਼ਬਦ ਵਸ ਰਿਹਾ ਹੁਣ ਅੰਦਰ ਆਤਮੇ ਕੋਈ ਖੋਲ ਕੇ ਤੇ ਦੱਸ ਨਹੀਂ ਸਕਦਾ ਕਿ ਹਾਂ ਮੇਰੇ ਅੰਦਰ ਸ਼ਬਦ ਹੈ ਉਹ ਤਾਂ ਉਹ ਹੀ ਜਾਣਦਾ ਹੈ ਮਨ ਦੀ ਬਾਤ ਮਨ ਹੀ ਜਾਣਦਾ ਹੈ ਹਰ ਕੋਈ ਜਾਣਦਾ ਮੈਂ ਕਿੰਨੇ ਕੋ ਪਾਣੀ ਵਿੱਚ ਆ ਮੈਂ ਕਿੰਨੇ ਕੋ ਪਰਸੈਂਟੇਜ ਫਾਲੋ ਕਰ ਰਿਹਾ ਤੇ ਕਿੰਨੀ ਮੇਰੇ ਹਾਲੇ ਮਨ ਦੀ ਮੱਤ ਹਾਲੇ ਮਰੀ ਨਹੀਂ ਇਹ ਹਰ ਕੋਈ ਆਪ ਜਾਣਦਾ ਕੋਈ ਕਿਸੇ ਉੱਤੇ ਫਤਵਾ ਨਹੀਂ ਲਾ ਸਕਦਾ ਸਿੱਖੀ ਵਿੱਚ ਕਿਸੇ ਉੱਤੇ ਗੱਲ ਨਹੀਂ ਹੈ ਕੇਵਲ ਆਪਣਾ ਆਪਾ ਪਰਚੋਲਣ ਦੀ ਗੱਲ ਹੈ ਆਪਣਾ ਆਪਾ ਚੀਨਣ ਦੀ ਗੱਲ ਹੈ ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਪਰਮ ਕੀ ਕਾਇਆ ਕਿਸੇ ਹੋਰ ਨੇ ਕਿਸੇ ਹੋਰ ਨੇ ਤੁਹਾਡੇ ਵਾਸਤੇ ਇਹ ਕੰਮ ਨਹੀਂ ਕਰਨਾ ਇਹ ਕੰਮ ਵੀ ਤੁਸੀਂ ਆਪੇ ਹੀ ਕਰਨਾ ਹੈ ਇਹ ਵੀ ਤੁਸੀਂ ਬਾਣੀ ਜਿਵੇਂ ਜਿਵੇਂ ਪੜਦੇ ਜਾਓਗੇ ਆਪਾ ਪਰਚੋਲਣਾ ਅੰਨਾ ਜਾਏਗਾ ਸਮਝ ਆਂਦੀ ਜਾਏਗੀ ਮੈਂ ਕਿੰਨੇ ਕੁ ਪਾਣੀ ਚ ਖਲੋਤਾ ਹਲੇ ਕਿੰਨਾ ਤਰਨਾ ਬਾਕੀ ਹੈ ਹਲੇ ਕਿੰਨਾ ਵੱਡਾ ਸਮੁੰਦਰ ਮੇਰੇ ਸਾਵੇਂ ਹੈ ਤੇ ਵਡਹਾਂਸ ਵਿੱਚ ਪਾਤਸ਼ਾਹ ਵਾਰ ਵਡਹਾਂਸ ਚੌਥੇ ਪਾਤਸ਼ਾਹ ਦੀ ਬਾਣੀ ਹੈ ਤਨ ਤਨ ਸੋ ਗੁਰਸਿੱਖ ਕਈਏ ਜੋ ਸਤਗੁਰ ਚਰਣੀ ਜਾਏ ਪਿਆ ਤਨ ਤਨ ਸੋ ਗੁਰਸਿੱਖ ਕਈਏ ਜਿਨ ਹਰਨਾਮਾ ਮੁਖ ਰਾਮ ਕਿਹਾ ਤਨ ਤਨ ਸੋ ਗੁਰਸਿੱਖ ਕਈਏ ਜਿਸ ਹਰਨਾਮ ਸੁਣੀਏ ਮਨ ਆਨੰਦ ਪਿਆ ਕਹਿੰਦੇ ਉਹ ਬੜੀ ਸੋਖੀ ਜੀ ਗੱਲ ਹੈ ਕਿ ਜਿਸ ਨਾਮ ਹਿਰਦੇ ਜਿਸ ਨਾਮ ਸੁਣੀਏ ਮਨ ਆਨੰਦ ਪਿਆ ਜਿੱਦੀ ਕੋਲ ਬੈਠੇ ਆਂ ਗੱਲ ਸੁਣਿਆ ਹਰਨਾਮ ਚੇਤ ਆਵੇ ਕਹਿੰਦੇ ਨਾ ਅਰਦਾਸ ਦੇ ਵਿੱਚ ਸਹੀ ਪਿਆਰੇ ਮੇਲ ਜਿੰਨਾ ਮਿਲਿਆਂ ਤੇਰਾ ਨਾਮ ਚੇਤ ਆਵੇ ਤੇ ਜਿੰਨਾ ਦੇ ਮਿਲਿਆ ਨਾਮ ਚੇਤ ਆਵੇ ਉਹ ਉਹਦੇ ਪਿਆਰੇ ਹੋ ਗਏ ਸੋ ਅਸੀਂ ਕਿੰਨਾ ਦਾ ਸਾਥ ਲਬੀਏ ਕਿੰਨਾ ਨਾਲ ਜੁੜ ਬੈਠੀਏ ਕਿੰਨਾ ਨੂੰ ਢੁੰਡੀਏ ਕੋਈ ਅਰਦਾਸ ਕਰਦੇ ਆ ਤੇ ਜੇ ਕੋਈ ਮਿਲ ਜਾਏ ਤੇ ਉਸ ਵਾਹਿਗੁਰੂ ਦਾ ਸ਼ੁਕਰ ਹੈ ਕਿ ਤੂੰ ਸਾਨੂੰ ਅਜੇ ਗੁਰਸਿੱਖਾਂ ਦਾ ਮੇਲ ਮਿਲਾਇਆ ਕਿ ਜਿਨ੍ਹਾਂ ਦੇ ਨਾਲ ਬੈਠਿਆ ਸਾਨੂੰ ਉਹ ਪ੍ਰਭੂ ਦਾ ਨਾਮ ਚਿਤ ਆਇਆ ਤਨ ਤਨ ਸੋ ਗੁਰਸਿੱਖ ਕਈਏ ਜਿਨ ਸਤਗੁਰ ਸੇਵਾ ਕਰ ਹਰਨਾਮ ਲਿਆ ਗੁਰਸੇਵਾ ਦਾ ਚਾਅ ਉੱਠ ਜਾਏ ਤਿਸ ਗੁਰਸਿੱਖ ਕੋ ਹੋਂ ਸਦਾ ਨਮਸਕਾਰੀ ਜੋ ਗੁਰ ਕੇ ਭਾਣੇ ਗੁਰਸਿੱਖ ਚੱਲਿਆ ਕਿੰਨਾ ਉਹ ਜਿਹੜੇ ਗੁਰੂ ਦੇ ਭਾਣੇ ਦੇ ਵਿੱਚ ਚੱਲਣ ਵਾਲੇ ਨੇ ਜੇਕਰ ਇਸ ਤਰ੍ਹਾਂ ਸਾਡੇ ਅੰਦਰ ਅਜਿਹੀ ਗੱਲ ਬਣ ਜਾਏ ਤਾਂ ਕਿੰਨਾ ਚੰਗਾ ਹੋਵੇ ਸਾਨੂੰ ਅਜਿਹਾ ਸਾਥ ਮਿਲ ਜਾਏ ਜਿਨ੍ਹਾਂ ਦੇ ਰਾਹੀ ਸਾਡੇ ਉਹ ਹਲਤ ਤੇ ਪਲਤ ਸਵਾਰਨ ਦੀ ਗੱਲ ਆ ਜਾਏ ਹੁਣ ਜੇ ਕੇਵਲ ਬਾਹਰ ਦਾ ਭੇਖ ਹੈ ਅੰਤਰ ਅਗਨਨਾ ਗੁਰਬਿੰਦ 부জে ਬਾਹਰ ਪੂਰ ਤਾਪੇ ਹੁਣ ਜੜਾ ਪੇਖ ਬਣਾ ਲੈਂਦਾ ਅੰਤਰ ਅਗਨ ਜੇ ਅੰਦਰ ਦੀ ਤ੍ਰਿਸ਼ਨਾ ਦੀ ਅਗ ਤਾਂ ਬੁਝੀ ਨਹੀਂ ਤੇ ਗੁਰੂ ਤੋਂ ਬਗੈਰ ਇਹ ਅੰਦਰ ਦੀ ਤ੍ਰਿਸ਼ਨਾ ਦੀ ਅਗ ਬੁਝਦੀ ਨਹੀਂ ਅਸੀਂ ਬਾਹਰੋਂ ਭਾਵੇਂ ਕਿੰਨੇ ਵੀ ਪੇਖ ਬਣਾ ਲਈਏ ਪਰ ਜੇ ਅੰਦਰ ਤ੍ਰਿਸ਼ਨਾ ਦੀ ਅਗ ਹੈ ਤਾਂ ਸਾਨੂੰ ਕੋਈ ਢੋਈ ਨਹੀਂ ਹੈ ਪਾਠ ਪੜੇ ਮੁਖ ਝੂਠੋਂ ਬੋਲੇ ਨਿਗੁਰੇ ਕੀ ਮਤ ਉਹ ਹੈ ਮੋਨਸੀ ਪਾਠ ਵੀ ਕਰਦੇ ਜਈਏ ਤੇ ਥੋੜਾ ਥੋੜਾ ਝੂਠ ਵੀ ਬੋਲ ਲਈਏ ਉਹਨੇ ਇੱਕ ਮਾਫ ਕਰਨਾ ਮਾਇਆਪੁਰੀ ਦੀ ਦੁਕਾਨ ਗੁਰਸੇਖ ਬੜਾ ਪਾਠ ਕਰਨ ਵਾਲਾ ਪਰ 36 ਦੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕੀਤਾ ਹੋਇਆ ਤੇ ਬਾਰ ਬਾਰ ਆਖੇ ਗੁਰੂ ਹਾਜ਼ਰ ਨਜ਼ਰ ਹੈ ਮੈਂ ਵੇਖ ਕੇ ਕਹਿ ਰਿਹਾ ਕੋਈ ਤੁਹਾਡੇ ਕੋਲੋਂ ਫालतੂ ਨਹੀਂ ਲੈ ਰਿਆ ਇੰਨੇ ਤੇ ਮੇਰੀ ਲਾਗਤ ਹੈ ਤੇ ਸਭ ਝੂਠ ਬੋਲਣਾ ਮਦੀ ਗੁਰੂ ਨੂੰ ਹਾਜ਼ਰ ਨਾਜ਼ਰ ਕਹਿਨਿਆ ਹੋਇਆ ਵੀ ਸਾਰੇ ਝੂਠ ਬੋਲਣਾ ਸਾਰੇ ਤੇ ਮਾਰਕੀਟ ਦੇ ਅੰਦਰ ਕਿੰਨਾ ਉਹਦਾ ਮਸ਼ਹੂਰ ਹੀ ਸੀਗਾ ਬਈ ਉਹਨੇ ਅੰਦਰ ਪ੍ਰਕਾਸ਼ ਵੀ ਕੀਤਾ ਹੋਇਆ ਉਹਦੇ ਸੈਂਟੈਂਸ ਹੀ ਆਈ ਹੁੰਦੇ ਨੇ ਤੇ ਹਮੇਸ਼ਾ ਕੁਫਰ ਤੋਲਣਾ ਭਾਵੇਂ ਅਸੀਂ ਧੋਖਾ ਕਿਹਦੇ ਨਾਲ ਕਰ ਰਹੇ ਆ ਜਿਹੜਾ ਅੰਤਰਜਾਮੀ ਐ ਗੁਰੂ ਸਾਹਿਬੇ ਨਾ ਵੀ ਹੋਵੇ ਕਹਿੰਦੇ ਚੱਲ ਗੁਰਦੁਆਰੇ ਚੱਲ ਤੇ ਕੀ ਗੁਰਦੁਆਰੇ ਤੋਂ ਬਾਹਰ ਗੁਰੂ ਨਹੀਂ ਕੀ ਗੁਰਦੁਆਰੇ ਤੋਂ ਬਾਹਰ ਉਹ ਵਾਹਿਗੁਰੂ ਅਕਾਲ ਪੁਰਖ ਨਹੀਂ ਵਸਦਾ ਆ ਬੜਾ ਕਈ ਵਾਰੀ ਵੇਖਣ ਨੂੰ ਆਉਂਦਾ ਜਿਉ ਗੁਰਦੁਆਰੇ ਜਾਂਦੇ ਸਿਰ ਤੇ ਚੁੰਨੀ ਹੋ ਜਾਂਦੀ ਏ ਅੰਦਰ ਜਾਂਦੇ ਤੇ ਜਿਉ ਜੋੜਾ ਲੈਂਦੇ ਨੇ ਤੇ ਆਪੇ ਚੁੰਨੀ ਥੱਲੇ ਉਤਾਰ ਲੈਂਦੇ ਇਸ਼ਾਦ ਉਹ ਬਾਹਰ ਨਹੀਂ ਵਸਦਾ ਜਾਂ ਉਹ ਬਾਹਰ ਨਹੀਂ ਵੇਖ ਰਿਆ ਜੇ ਸਾਡੇ ਅੰਦਰ ਉਹ ਗੁਰੂ ਦਾ ਭੈ ਭਾਵਨੀ ਹੈ ਤਾਂ ਉਹ ਹਰ ਥਾਂ ਤੇ ਹੈ ਹਰ ਜਗ੍ਹਾ ਤੇ ਹੈ ਕਿਹੜੀ ਥਾਂ ਹੈ ਜਿਸ ਤੇ ਉਹ ਹਾਜ਼ਰ-ਨਾਜ਼ਰ ਨਹੀਂ ਹੈ ਪਾਠ ਪੜੇ ਮੁਖ ਝੂਠੋ ਬੋਲੇ ਨੀ ਗੁਰੇ ਕੀ ਮਤ ਉਹ ਹੈ ਜੇ ਅਸੀਂ ਝੂਠ ਬੋਲ ਰਹੇ ਆ ਭਈ ਕੋਈ ਮੈਨੂੰ ਝੂਠ ਨਾ ਬੁਲਾਏ ਮੈਂ ਗੁਰੂ ਦੇ ਦਵਾਰੇ ਬੈਠਾ ਉਹ ਕਿ ਕਿਹੜੀ ਥਾਂ ਹੈ ਜਿੱਥੇ ਗੁਰੂ ਦਾ ਦਵਾਰਾ ਨਹੀਂ ਹੈ ਕਿਹੜੀ ਥਾਂ ਹੈ ਜਿੱਥੇ ਰੱਬ ਨਹੀਂ ਹੈ ਅੱਗੋਂ ਦੇਖੇ ਪਿੱਛੋਂ ਦੇਖੇ ਤੂੰ ਤੇ ਕਹਾਂ ਛਿਪਾਵੇਂ ਜੇ ਮਨੁੱਖ ਨੇ ਇਹ ਸਮਝ ਲਿਆ ਕਿ ਉਹ ਹਰ ਵੇਲੇ ਮੈਨੂੰ ਹਾਜ਼ਰ-ਨਾਜ਼ਰ ਮੈਨੂੰ ਵੇਖ ਰਿਹਾ ਮੈਨੂੰ ਵਾਚ ਰਿਹਾ ਤਾਂ ਫਿਰ ਮਨੁੱਖ ਕੋਲੋਂ ਗਲਤ ਕੰਮ ਹੋਏਗਾ ਇਹ ਕਿਉਂ ਇਹ ਅਸੀਂ ਬਾਹਰ ਦੇ ਪੇਖ ਬਣਾ ਕੇ ਲੋਗਾਂ ਨੂੰ ਉਹ ਕਹਿਆ ਜਾਂਦਾ ਨਾ ਕਿ ਪੇਖ ਦਿਖਾਏ ਲੋਗਨ ਕੋ ਬਸਕੀਨ ਲੋਗਾ ਨੂੰ ਵਸ ਵਿੱਚ ਕਰਨ ਵਾਸਤੇ ਅਸੀਂ ਬਾਹਰ ਨੇ ਪੇਖ ਬਣਾ ਲੈਣ ਪੇਖ ਕਰੇ ਉਧਰੇ ਕੇ ਕਾਰਨ ਇਸ ਪੇਖ ਦੀ ਖਾਤਰ ਅਸੀਂ ਪੇਖ ਬਣਾਣੇ ਆ ਪਰ ਅਫਸੋਸ ਆਂਦਾ ਜਿਨੇ ਕੇਵਲ ਪੇਖ ਬਣਾਇਆ ਉਹ ਨਿਗੁਰਾ ਹੈ ਹਾਲੇ ਉਹਨੇ ਗੁਰੂ ਨੂੰ ਧਾਰਨ ਨਹੀਂ ਕੀਤਾ ਨਾਮ ਨਾ ਜਪੀ ਕਿਉਂ ਸੁਖ ਪਾਵੇ ਬਿਨ ਨਾਮੇ ਕਿਉਂ ਸੋਹੇ ਬਿਨ ਨਾਮ ਦੇ ਕੋਈ ਸੋਭਾ ਵੀ ਨਹੀਂ ਹੈ ਗੁਰੂ ਤੋਂ ਡਰਦਿਆਂ ਉਸ ਦੇ ਡਰ ਨੂੰ ਮਨ ਦੇ ਵਿੱਚ ਰੱਖੀਏ ਕਿ ਉਹ ਹਾਜ਼ਰ-ਨਾਜ਼ਰ ਹੈ ਹਰ ਥਾਂ ਵੇਖਦਾ ਹੈ ਹੁਣ ਗਿਆਨ ਵਿਹੂਨਾ ਗਾਵੇ ਗੀਤ ਭੁੱਖੇ ਮੁੱਲਾਂ ਕਰੇ ਮਸਜਿਦ ਮੁਖੱਟੂ ਹੋਏ ਕੇ ਕੰਨ ਪੜਾਏ ਫਕਰ ਕਰੇ ਹਰ ਜਾਤ ਗਵਾਏ ਗੁਰਪੀਰ ਸਦਾਏ ਕਰ ਮੰਗਨ ਜਾਏ ਤਾਂਕੇ ਮੂਲ ਨ ਲਗਿਏ ਬਾਏ ਗੁਰੂ ਪਾਤਸ਼ਾਹ ਨੇ ਜਿਹੜਾ ਸਾਨੂੰ ਰਾਹ ਦੱਸਿਆ ਉਹ ਤਾਂ ਇਹ ਸੀ ਕਾਲ ਖਾਏ ਕਿਥੇ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ ਮਨੁੱਖ ਆਪਣੇ ਦਸਾਂ ਨੌਆਂ ਦੀ ਕੀਰਤ ਕਰੇ ਕੀਰਤ ਕਰਕੇ ਉਹਦੇ ਵਿੱਚੋਂ ਵੰਡ ਛਕੇ ਮਤੇ ਉਹ ਦੋਤੇ ਐਨੇ ਕਿ ਮੈਂ ਕਮਾਇਆ ਤਾਂ ਉਹਨ ਮੇਰੀ ਆ ਵਾਹਿਗੁਰੂ ਨੇ ਸਮਰੱਥਾ ਮੈਨੂੰ ਦਿੱਤੀ ਮੇਰੇ ਅੰਦਰੋਂ ਇਹ ਸੇਵਾ ਲੈ ਲਈ ਤੇ ਇਹ ਜੇ ਵਾਹਿ ਜਿੰਨਾ ਕਮਾਇਆ ਉਹ ਵੀ ਤਾਂ ਵਾਹਿਗੁਰੂ ਦਾ ਹੋਇਆ ਨਾ ਤੇ ਉਹਦੇ ਵਿੱਚ ਜਿਹੜੇ ਸਮਰੱਥਾਹੀਨ ਨੇ ਜਾਂ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨਾਲ ਵੰਡ ਕੇ ਛਕਣਾ ਤੇ ਮੈਂ ਵੀ ਤਾਂ ਮੈਨੂੰ ਬਣਾਉਣ ਵਾਸਤੇ ਵੀ ਤਾਂ ਪਤਾ ਨਹੀਂ ਕਿਤਨੇ ਲੋਕਾਂ ਨੇ ਬਚਪਨ ਤੋਂ ਲਾਓ ਕਿ ਕਿੰਨਿਆਂ ਲੋਕਾਂ ਨੇ ਤੇਰੀ ਸੇਵਾ ਕੀਤੀ ਹੋਣੀ ਹੈ ਮਾਪਿਆਂ ਨੇ ਸੇਵਾ ਕੀਤੀ ਦੋਸਤ ਯਾਰਾਂ ਨੇ ਸੇਵਾ ਕੀਤੀ ਸਕੂਲ ਕਾਲਜ ਵਿੱਚ ਗਏ ਤੈਨੂੰ ਵਿੱਦਿਆ ਦਾ ਦਾਨ ਕਿੰਨਿਆਂ ਨੇ ਦਿੱਤਾ ਤੇ ਅੱਜ ਤੇਰੀ ਵਾਰੀ ਆਈ ਹੈ ਤੇਰੇ ਕੋਲ ਕੁਝ ਹੈ ਤਾਂ ਉਹਨਾਂ ਨੂੰ ਵੰਡਣ ਵਾਸਤੇ ਤਿਆਰ ਹੋ ਜਾ ਪਰ ਬਹੁਤੇ ਕਿਹਨੇ ਗਿਆਨਮਹੂਨਾ ਗਾਵੇ ਗੀਤ ਅੰਦਰ ਵਾਹਿਗੁਰੂ ਦੇ ਦਰਸ਼ਨ ਤਾਂ ਹੋਏ ਨਹੀਂ ਵਾਹਿਗੁਰੂ ਨੂੰ ਅਨੁਭਵ ਤਾਂ ਕੀਤਾ ਨਹੀਂ ਪਰ ਗੀਤ ਗਾਣੇ ਸ਼ੁਰੂ ਕਰ ਦਿੱਤੇ ਉਸ ਦੀ ਸਿਫਤੋ ਸਲਾਹ ਕਰਨੀ ਸ਼ੁਰੂ ਕਰ ਦਿੱਤੀ ਭੁੱਖੇ ਮੁੱਲਾਂ ਘਰੇ ਮਸਜਿਦ ਘਰ ਨੂੰ ਮਸਜਿਦ ਬਣਾ ਲਿਆ ਕਿਉਂਕਿ ਬਈ 2-4 ਪੈਸੇ ਆਣਗੇ ਤੇ ਕੰਮ ਹੋ ਜਾਏਗਾ ਉਦੋਂ ਮਸਜਿਦ ਦੀ ਗੱਲ ਸੀ ਅੱਜ ਬਹੁਤ ਸਾਰੇ ਗੁਰਦੁਆਰੇ ਇਹੋ ਜਿਹੇ ਬਣ ਗਏ ਜਿਨ੍ਹਾਂ ਦਾ ਮੁੱਖ ਮੰਤਵ ਹੀ ਹੈ ਚੜਾਵਾ ਆਏਗਾ ਤੇ ਘਰ ਚੱਲੇਗਾ ਮਾਫ ਕਰਨਾ ਕਈ ਵਾਰੀ ਇਹ ਗੱਲ ਹੋਈ ਹੈ ਕੀ ਫਲਾਨੀ ਫਲਾਨੀ ਥਾਂ ਦੇ ਉੱਤੇ ਗੁਰਦੁਆਰੇ ਹੈ ਨੇ ਉਦਾਸੀਆਂ ਕੋਲ ਹੈ ਨੇ ਤੇ ਸਾਰੇ ਤੋਂ ਪਹਿਲਾਂ ਪੁੱਛਦੇ ਨੇ ਇਵਨ ਕਾਰ ਸੇਵਾ ਵਾਲੇ ਵੀ ਉੱਥੇ ਆਵਾਜਾਈ ਕਿੰਨੀ ਹੈ ਕਿੰਨੇ ਕੁ ਟਰੱਕ ਲੰਘਦੇ ਨੇ ਗੁਰਦੁਆਰਾ ਵੀ ਉੱਥੇ ਬਣੇਗਾ ਜਿੱਥੇ ਚੜਾਵਾ ਆਏਗਾ ਤੇ ਜਿਹੜੀ ਥਾਂ ਦੇ ਉੱਤੇ ਹੁਣ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਾਣ ਦਾ ਮੌਕਾ ਲੱਗਿਆ ਐ ਐਸੇ ਐਸੇ ਗੁਰੂ ਨਾਨਕ ਪਾਸ਼ਾ ਦੇ ਅਸਥਾਨ ਹੈ ਨੇ ਜਿੱਥੇ ਹਾਲੇ ਪੱਕੇ ਗੁਰਦੁਆਰੇ ਵੀ ਨਹੀਂ ਬਣੇ ਜਿਹੜੇ ਹਾਲੇ ਤੱਕ anumatiyan ਦੇ ਕੋਲ ਨੇ ਪਰ ਗੁਰੂ ਨਾਨਕ ਸਾਹਿਬ ਦੇ ਸਥਾਨ ਨੇ ਸਾਨੂੰ ਸਾਰਿਆਂ ਇਤਿਹਾਸਕ ਉਥੋਂ ਦੇ ਥਾਂ ਮਿਲਦੇ ਨੇ ਪਰ ਅਸੀਂ ਰਿਸਟ੍ਰਿਕਟਿਡ ਰੱਖਿਆ ਹੋਇਆ ਆਪਣੇ ਆਪ ਨੂੰ ਜੇ ਆਮਦਨ ਹੋਏਗੀ ਤੇ ਬਣਾਵਾਂਗੇ ਨਹੀਂ ਤੇ ਨਹੀਂ ਬਣਾਵਾਂਗੇ ਬੇਦ ਪੁਕਾਰੇ ਮੁਖ ਕਾ ਪੰਡਰ ਕਾਮਾ ਮਨ ਕਾ ਮਾਠਾ ਮੋਨੀ ਹੋਏ ਬੈਠਾਈ ਕਾਂਤੀ ਹਿਰਦੇ ਕਲਪਨ ਕਾਠਾ ਹੋਏ ਉਦਾਸੀ ਗ੍ਰਹਿ ਤਜ ਚਲਿਓ छुटਕੇ ਨਹੀਂ 나ठा ਹੁਣ ਅਸੀਂ ਆਮ ਤੌਰ ਤੇ ਬਾਹਰਲੇ ਭੇਖ ਦੇ ਉੱਤੇ ਸਾਰੀ ਗੱਲ ਕਰਦੇ ਆ ਭਗਤ ਕਬੀਰ ਜੀ ਵੀ ਇਸੇ ਤਰ੍ਹਾਂ ਗੱਲ ਕਰਦੇ ਨੇ ਨਗਨ ਫਿਰਦ ਜੋ ਪਾਈਏ ਜੋਗ ਬਨ ਕਾਮ ਮਿਰਗ ਮੁਕਤ ਸਭ ਹੋਗ ਕਿਆ 나ਗੇ ਕਿਆ 바ਦੇ ਚਾਮ ਜਵਨੀ ਚੀਨਸ ਆਤਮ ਰਾਮ ਮੂਨ ਮੰਡਾਏ ਜੋ ਸਿਧ ਪਾਈ ਮੁਕਤੀ ਭੇਡ ਨਾ ਗਈ ਆ ਕਾਏ ਭਗਤ ਕਬੀਰ ਜੀ ਅਸੀਂ ਬਾਹਰਲੇ ਵੇਖ ਨੂੰ ਧਰਮ ਮੰਨਿਆ ਪਰ ਗੁਰੂ ਪਾਤਸ਼ਾਹ ਨੇ ਕਬੀਰ ਸਾਹਿਬ ਨੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਾਇਆ ਕਿ ਬਾਹਰ ਦੇ ਵੇਖ ਤੋਂ ਅਖਵਾਨ ਵਾਲੇ ਅਸੀਂ ਸਿੱਖ ਹੋ ਜਾਈਏ ਅਖਵਾਨ ਵਾਲੇ Hindu ਹੋ ਜਾਈਏ ਅਖਵਾਨ ਵਾਲੇ ਮੁਸਲਮਾਨ ਹੋ ਜਾਈਏ ਢੋਈ ਨਹੀਂ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਵਿਤ ਦੇ ਅੰਦਰ ਬੜੀ ਸੋਹਣੀ ਗੱਲ ਆਖੀ ਕਹਿਣ ਲੱਗੇ ਖੂਕ ਮਲ ਹਾਰੀ ਗੱਜ ਗੱਧਾ ਬੇਬੂਤ ਧਾਰੀ ਜਿੱਦੂਆਂ ਮਿਸਾਨ ਬਾਸ ਕਰਿਓ ਇਕਰਤ ਹੈ ਕੁਗੂ ਮਟ ਵਾਸੀ ਲੱਗੇ ਡੋਲਦ ਉਦਾਸੀ ਮਿਰਗ ਤਰਵਰ ਸਦੀਵ ਮੋਨ ਸਾਦੇ ਹੀ ਮਰਤ ਹੈ ਬਿੰਦ ਕੇ ਸਦਈਆ ਤਾਏ ਹੀਜ ਕੀ ਬਡਈਆ ਦੇ ਬੰਦਰਾ ਸਦੀਵ ਨਾਂਗੇ ਪਾਏ ਹੀ ਫਿਰਤ ਹੈ अंगना अधीन काम क्रोध के बहिन एक ज्ञान के बहिन छीन कैसे कोतरत हैं उन बहुत सारे असी नंगे पैर गुरुद्वारे जाने पुरु साहब कहंदे बंद्रा सदीव नांगे पाई फिरत है जे नंगे पैर गया रब मिलदा हुंदा ते बंद्रा नु मिल जांदा ओ नंगे पैर ही रहंदा उनो बूट नी पाउंदे बिंद के सदियत आ हिज के बडे है बाल ब्रह्मचारी ने जी ਤੋ ਕਹਿੰਦੇ ਉਹਨੂੰ ਮੈਂ ਹੀ ਜੜੇ ਦੀ ਉਪਾਧੀ ਤੋਂ ਬਾਅਦ ਕੁਝ ਨਹੀਂ ਕਹਿ ਸਕਦਾ ਅਸੀਂ ਮੌਨ ਤਾਰੀਆਂ ਜੀ ਕੁਝ ਨਹੀਂ ਬੋਲਦੇ ਤਰਵਰ ਸਦੀਵ ਮੌਨ ਸਾਦੇ ਹੀ ਮਾਰਤ ਹੈ ਜੜੇ ਦਰਖਤ ਨੇ ਉਹ ਚੁੱਪ ਚਾਪ ਹੀ ਇਸ ਦੁਨੀਆ ਤੋਂ ਚਲੇ ਜਾਂਦੇ ਨ ਬੋਲਦੇ ਕੁਝ ਨਹੀਂ ਇਹ ਸਭ ਕੀ ਨੇ ਅੰਗਨਾ ਅਧੀਨ ਕਾਮ ਕਰੋਧ ਕੇ ਬਹੀਨ ਇੱਕ ਗਿਆਨ ਕੇ ਬਹੀਨ ਛੇਨ ਕੈਸੇ ਕੋ ਤਰਤ ਹੈ ਇਹ ਸਾਰੇ ਔਰਤਾਂ ਨੂੰ ਵਸ ਕਰਨ ਦੇ ਢੰਗ ਨੇ ਕਉਕੀ ਕਿਸੇ ਨੂੰ ਵੇਖ ਲੈਨ ਉਹ ਬ੍ਰਹਮਚਾਰੀ ਤੇ ਘਰੋਂ ਪ੍ਰਸ਼ਾਦੇ ਬਣਾ ਕੇ ਵੱਧ ਤੋਂ ਵੱਧ ਮਾਈਆਂ ਬੀਵੀਆਂ ਜਿਸ ਦੇ ਮਿਹਰਬਾਨ ਹੋ ਜਾਣ ਉਹ ਕਦੇ ਭੁੱਖੇ ਨਹੀਂ ਮਰਦੇ ਪਰ ਇੱਕ ਗਿਆਨ ਕੀ ਬਹੀਨ ਅੰਦਰ ਰੱਬ ਦਾ ਚਾਨਣ ਨਹੀਂ ਆਇਆ ਛੀਨ ਕੈਸੇ ਵਿਚਾਰੇ ਕਿਵੇਂ ਦਰਜਾਂਗੇ ਬਾਹਰ ਦੇ ਭੇਖ ਤੋਂ ਮਨੁੱਖ ਕਦੇ ਉਸ ਪਰਮਾਤਮਾ ਨੂੰ ਨਹੀਂ ਪਾ ਸਕਦਾ पा सकदा है जे ਅੰਦਰ ਦੀ ਰਹਿਤ ਰੱਖੇ ਜੇ ਅੰਦਰੋਂ ਮਨੋ ਸਿੱਖ ਬਣੇ ਤੇ ਮਨੋ ਸਿੱਖ ਬੰਨਣਾ ਹੀ ਸਾਰਿਆਂ ਤੋਂ ਔਖਾ ਕੰਮ ਹੈ